اعوذ باللہ من الشیطان الرجیم بسم اللہ الرحمن الرحیم الکو ڈرو اپنے رب تو جن نے پیدا کیتا توانو ایک جان تو تے پیدا کیتی اس جان تو بیوی اودی تے کھلارے انہاں تو مرد بہت تے عورتاں بھی تے ڈرو اللہ تو جس دے نام دا اپے وچ حق مانگدے ہو ਤੇ ਆਪਣੇ ਸਕੇ ਨਾਲ ਬਦਸਲੂਕੀ ਨਾ ਕਰੋ ਯਕੀਨ ਜਾਣੋ ਅੱਲਾ ਤੁਸਾਂ ਉੱਤੇ ਜ਼ਰੂਰ ਨਿਗਹਿबान ਹੈ ਤੇ ਦਿਓ ਯਤੀਮਾਂ ਨੂੰ ਮਾਲ ਉਹਨਾਂ ਦੇ ਤੇ ਨਾ ਵਟਾਓ ਅੱਛੇ ਮਾਲ ਨੂੰ ਬੁਰੇ ਮਾਲ ਨਾਲ ਤੇ ਨਾ ਖਾਓ ਮਾਲ ਉਹਨਾਂ ਦੇ ਰਲਾ ਕੇ ਆਪਣੇ ਮਾਲ ਨਾਲ ਇਹ ਜ਼ਰੂਰ ਗੁਨਾਹ ਹੈ ਵੱਡਾ ਤੇ ਜੇ ਤੁਸੀਂ ਡਰੋ ਭਈ ਇਨਸਾਫ ਨਾ ਕਰ ਸਕੋਗੇ ਯਤੀਮਾਂ ਦੇ ਹੱਕ ਵਿੱਚ ਤਾਂ ਨਕਾ ਕਰ ਲਓ ਜਿਹੜੀ ਪਸੰਦ ਆਵੇ ਤੁਹਾਨੂੰ ਔਰਤਾਂ ਵਿੱਚੋਂ 2-2 ਤੇ 3-3 ਤੇ 4-4 ਫਿਰ ਜੇ ਤੁਸੀਂ ਡਰੋ ਭਈ ਬਰਾਬਰ ਨਾ ਰੱਖ ਸਕੋਗੇ ਤਾਂ ਕਰੋ ਇੱਕ ਜਾਂ ਜੋਕ ਨੀਸ ਤੁਹਾਡੇ ਹੱਥ ਦਾ ਮਾਲ ਹੈ ਇਹ ਹੁਕਮ ਉਹ ਬਦੇਰਾ ਨੇੜੇ ਜੇ ਇਸ ਦੇ ਜੋ ਜ਼ੁਲਮ ਨਾ ਕਰੋ ਤੋ ਦਿਓ ਔਰਤਾਂ ਨੂੰ ਮਾਰ ਉਹਨਾਂ ਦੇ ਖੁਸ਼ੀ ਨਾਲ ਫੇਰ ਜੇ ਦਿਨੋ ਬਖਸ਼ ਦੇਣ ਤੁਹਾਨੂੰ ਕੁਝ ਉਸ ਵਿੱਚੋਂ ਤਾਂ ਖਾਓ ਉਸ ਖਲਾ ਸੰਗੋ ਲੰਘਦਾ ਅੰਦਰ ਪਚਦਾ ਤੇ ਨਾ ਦਿਓ ਮੂਰਖਾਂ ਨੂੰ ਮਾਲ ਆਪਣੇ ਜੋ ਬਣਾਏ ਨੇ ਅੱਲਾ ਨੇ ਤੁਸਾਂ ਲਈ ਸਬਬ ਗੁਜ਼ਾਰੇ ਦਾ ਤੇ ਖਵਾਲੋ ਉਹਨਾਂ ਨੂੰ ਉਹਦੇ ਵਿੱਚੋਂ ਤੇ ਪਹਿਨਾਓ ਉਹਨਾਂ ਨੂੰ ਤੇ ਆਖੋ ਉਹਨਾਂ ਨੂੰ ਗੱਲ ਨੇਕ ਤੇ ਅਜ਼ਮਾਓ ਯਤੀਮਾਂ ਨੂੰ ਜਦ ਤੱਕ ਪਹੁੰਚਣ ਨਕਾ ਦੀ ਉਮਰ ਨੂੰ ਫੇਰ ਜੇ ਨਜ਼ਰ ਆਵੇ ਜੀ ਉਹਨਾਂ ਵਿੱਚ ਹੁਸ਼ਿਆਰੀ ਇਹ ਤਾਂ ਹਵਾਲੇ ਕਰੋ ਉਹਨਾਂ ਦੇ ਮਾਲ ਉਹਨਾਂ ਦੇ ਤੇ ਖਾ ਨਾ ਜਾਓ ਉਹ ਮਾਲ ਉਡਾ ਕੇ ਸ਼ਿਤਾਦੀ ਕਰਕੇ ਉਹਨਾਂ ਦੇ ਵੱਡੇ ਹੋ ਜਾਣ ਦੇ ਖੌਫ ਤੋਂ ਇਹ ਟੀਮਾਂ ਦਾ ਜਿਹੜਾ ਸਰਪ੍ਰਸਤ ਹੋਵੇ دولتਮند ਉਹ ਆਪ ਪ੍ਰੇਜ਼ਗਾਰੀ ਤੋਂ ਕੰਮ ਲਵੇ ਤੇ ਜਿਹੜਾ ਹੋਵੇ ਭੁੱਖਾ ਉਹ ਖਿਦਮਤ ਦਾ ਹੱਕ ਲੈ ਲਵੇ ਦਸਤੂਰ ਦੇ ਮੁਤਾਬਕ ਫਿਰ ਜਦ ਹਵਾਲੇ ਕਰੋ ਉਹਨਾਂ ਦੇ ਮਾਲ ਉਹਨਾਂ ਦੇ ਤਦ ਗਵਾਹ ਕਰ ਲਓ ਉਹਨਾਂ ਉਤੇ ਕਿ ਬਤੇਰਾ ਹੈ ਅੱਲਾਹ ਸਾਹਿਬ ਲੈਣ ਵਾਲਾ ਮਰਦਾਂ ਦਾ ਹਿੱਸਾ ਹੈ ਉਸ ਵਿੱਚੋਂ ਜੋ ਛੱਡ ਗਏ ਉਹਦੇ ਮਾਪੇ ਤੇ ਸਾਕੇਦਾਰ ਤੇ ਔਰਤਾਂ ਦਾ ਹਿੱਸਾ ਉਸ ਵਿੱਚੋਂ ਜੋ ਛੱਡ ਗਏ ਉਹਨਾਂ ਦੇ ਮਾਪੇ ਤੇ ਸਾਕੇਦਾਰ ਉਸ ਵਿੱਚੋਂ ਭਾਵੇਂ ਥੋੜਾ ਹੋਵੇ ਮਾਲ ਥੀ ਜਾਂ ਬਹੁਤਾ ਹੋਵੇ ਅੱਲਾ ਵੱਲੋਂ ਇਹ ਹਿੱਸਾ ਮੁਕਰਰ ਹੋਇਆ ਹੋਇਆ ਹੈ ਤੇ ਜਦ ਸਾਹਮਣੇ ਆਉਣ ਵੰਡਣ ਦੇ ਵਕਤ ਸਾਕੇਦਾਰ ਤੇ ਯਤੀਮ ਤੇ ਭੁੱਖੇ ਤਦ ਕੁਝ ਖਵਾਲ ਦਿਓ ਉਹਨਾਂ ਨੂੰ ਵੀ ਉਸ ਵਿੱਚੋਂ ਕਿ ਆਖੋਨਾਂ ਨੂੰ ਗੱਲ ਚੰਗੀ ਤੇ ਡਰਨਾ ਚਾਹੀਦੇ ਉਹਨਾਂ ਨੂੰ ਜਿਹੜੇ ਜੇ ਕਦੇ ਆਪ ਛੱਡ ਜਾਣ ਪਿੱਛੇ ਆਪਣੇ ਔਲਾਦ ਬੇਬਸ ਤੇ ਕਮਜ਼ੋਰ ਖੌਫ ਕਰਨੋਂ ਨਾ ਦਾ ਤਾਂ ਚਾਹੀਦਾ ਹੈ ਡਰਨ ਅੱਲਾਹ ਤੋਂ ਤੇ ਆਖਣ ਗੱਲ ਸਿੱਧੀ ਜਿਹੜੇ ਖਾਂਦੇ ਨੇ ਮਾਲ ਯਤੀਮਾਂ ਦੇ ਨਾ ਹੱਕ ਉਹ ਜ਼ਰੂਰ ਭਰਦੇ ਨੇ ਆਪਣੇ ਢਿੱਡਾਂ ਵਿੱਚ ਨਿਰੀ ਅੱਗ ਤੇ ਛੇਤੀ ਪੈਣ ਗਿਆ ਅੱਗ ਵਿੱਚ ਹੁਕਮ ਕਰਦਾ ਤੁਹਾਨੂੰ ਅੱਲਾ ਤੁਹਾਡੀ ਔਲਾਦ ਦੇ ਹੱਕ ਵਿੱਚ ਮਰਦ ਲਈ ਬਰਾਬਰ ਹਿੱਸੇ ਦੋ ਔਰਤਾਂ ਦੇ ਫੇਰ ਜੇ ਨਿੜੀਆਂ ਕੁੜੀਆਂ ਹੀ ਹੋਣ ਦੋ ਤੋਂ ਵੱਧ ਤਾਂ ਉਹਨਾਂ ਲਈ ਦੋ ਤਿਹਾਈਆਂ ਨੇ ਉਸ ਦੀਆਂ ਜੋ ਛੱਡਿਓ ਸੁ ਤੇ ਜੇ ਹੋਵੇ ਇੱਕੋ ਤਾਂ ਉਹਦਾ ਅੱਧਾ ਤਰਕਾਏ ਤੇ ਉਹਦੇ ਮਾਪਿਆਂ ਦਾ ਤੇ ਹਰ ਇੱਕ ਦਾ ਉਹਨਾਂ ਵਿੱਚੋਂ ਛੇਵਾਂ ਹਿੱਸਾ ਹੈ ਉਹਸ ਦੇ ਕਿਉਂ ਜੋ ਛੱਡਿਓ ਸੁ ਜੇ ਹੋਵੇ ਉਹਦੀ ਔਲਾਦ ਫੇਰ ਜੇ ਨਾ ਹੋਵੇ ਔਲਾਦ ਉਹਦੀ ਤਾਂ ਵਿਰਸਾ ਲੈਣ ਮਾਪੇ ਹੋਦੇ ਤਾਂ ਉਹਦੀ ਮਾਂ ਦਾ ਹੈ ਤੀਜਾ ਹਿੱਸਾ ਫੇਰ ਜੇ ਹੋਣ ਹੋਦੇ ਭੈਣ ਭਰਾ ਤਾਂ ਉਹਦੀ ਮਾਂ ਦਾ ਛੇਵਾਂ ਹਿੱਸਾ ਹੈ ਪਿੱਛੇ ਵਸੀਅਤ ਦੇ ਜਿਸ ਦੀ ਮਰਨ ਵਾਲਾ ਵਸੀਅਤ ਕਰ ਗਿਆ ਹੋਵੇ ਤੇ ਉਹਦੇ ਕਰਜ਼ ਵੀ ادا ਕਰ ਦਿੱਤੇ ਹੋਣ ਕਿਉਂ ਤੁਹਾਡੇ ਤੇ ਪੁੱਤਰ ਤੁਹਾਡੇ ਤੁਸੀਂ ਨਹੀਂ ਜਾਣਦੇ ਹੋ ਕਿਹੜਾ ਉਹਨਾਂ ਵਿੱਚੋਂ ਵਧੀੜਾ ਨੇੜੇ ਹੈ ਤੁਹਾਨੂੰ ਨਫੇ ਵੱਲੋਂ ਮقرਰ ਕੀਤਾ ਹੋਇਆ ਹਿੱਸਾ ਅੱਲਾ ਵੱਲੋਂ ਅੱਲਾ ਜ਼ਰੂਰ ਹੀ ਜਾਣਦਾ ਹਕਮਤ ਵਾਲਾ ਹੈ ਤੇ ਤੁਹਾਡਾ ਹਿੱਸਾ ਅੱਧਾ ਹੈ ਉਸ ਦਾ ਜੋ ਛੱਡਿਆ ਬੀਵੀਆਂ ਤੁਹਾਡੀਆਂ ਨੇ ਜੇ ਨਾ ਹੋਵੇ ਉਹਨਾਂ ਦੀ ਔਲਾਦ ਫੇਰ ਜੇ ਹੋਵੇ ਉਹਨਾਂ ਦੀ ਔਲਾਦ ਤਾਂ ਤੁਹਾਡਾ ਚੌਥਾ ਹਿੱਸਾ ਹੈ ਉਸ ਵਿੱਚੋਂ ਜੋ ਛੱਡਿਓ ਨੇ ਪਿੱਛੇ ਵਸੀਅਤ ਪੂਰੀ ਕਰਨ ਦੇ ਜਿਸ ਦੀ ਵਸੀਅਤ ਕਰਨ ਜਾਂ ਬਾਦ ਅਦਾ ਕਰਨੇ ਕਰਜ਼ ਦੇ ਜਿਹੜਾ ਛੱਡਿਆ ਹੈ ਉਹਨਾਂ ਤੇ ਉਹਨਾਂ ਲਈ ਚੌਥਾ ਹਿੱਸਾ ਹੈ ਉਸ ਵਿੱਚੋਂ ਜੋ ਤੁਸੀਂ ਛੱਡਿਆ ਜੇ ਨਾ ਹੋਵੇ ਤੁਹਾਡੀ ਔਲਾਦ ਫੇਰ ਜੇ ਹੋਵੇ ਤੁਹਾਡੀ ਔਲਾਦ ਤਾਂ ਉਹਨਾਂ ਦਾ ਅੱਠਵਾਂ ਹਿੱਸਾ ਹੈ ਉਸ ਵਿੱਚੋਂ ਜੋ ਤੁਸਾਂ ਛੱਡਿਆ ਪਿੱਛੇ ਵਸੀਅਤ ਪੂਰੀ ਕਰਨ ਦੇ ਜਿਸ ਦੀ ਤੁਸੀਂ ਵਸੀਅਤ ਕਰੋ ਜਾਂ ਕਰਜ਼ ਦੇ ਅਦਾ ਕਰਨ ਦੇ ਬਾਅਦ ਜੇ ਹੋਵੇ ਮਰਦ ਜਿਸ ਦੀ ਵਿਰਸਾ ਵੰਡੀ ਜਾਂਦੀ ਏ ਇੱਕ ਲਾਲਾ ਜਾਂ ਔਰਤ ਹੋਵੇ ਕਲਾਲਾ ਕਿਸੇ ਮਰਦ ਜਾਂ ਔਰਤ ਜਿਸ ਦੀ ਵਿਰਸਾ ਵੰਡੀ ਜਾਂਦੀ ਏ ਪਿਓ ਜਾਂ ਔਲਾਦ ਜਿੰਦਾ ਨਾ ਹੋਵੇ ਪਰ ਭਰਾ ਭੈਣ ਹੋਣ ਦਾ ਹਰ ਇੱਕ ਦਾ ਉਹਨਾਂ ਵਿੱਚੋਂ 6ਵਾਂ ਹਿੱਸਾ ਹੈ ਜੇ ਹੁਣ ਭੈਣ ਭਰਾ ਵਧੇਰੇ ਇਸ ਨਾਲੋਂ ਤਾਂ ਉਹ ਬਰਾਬਰ ਦੇ ਭਾਈਵਾਲ ਨੇ ਤੀਜੇ ਹਿੱਸੇ ਵਿੱਚ ਪਿੱਛੇ ਵਸੀਅਤ ਪੂਰੀ ਕਰਨ ਦੇ ਜਿਸ ਦੀ ਵਸੀਅਤ ਕੀਤੀ ਹੋਵੇ ਜਾਂ ਬਾਦ ਅਦਾ ਕਰਨੇ ਕਰ ਦੇ ਬਗੈਰ ਕਿਸੇ ਨੂੰ ਨੁਕਸਾਨ ਪਹੁੰਚਾਣ ਦੇ ਹੁਕਮ ਹੈ ਅੱਲਾ ਵੱਲੋਂ ਤੇ ਅੱਲਾ ਸਭ ਜਾਣਦਾ ਹਮਲ ਵਾਲਾ ਏ ਇਹਨੇ ਹੱਦਾਂ ਅੱਲਾ ਦੀਆਂ ਤੇ ਜਿਹੜਾ ਆਖੇ ਲੱਗੇਗਾ ਅੱਲਾ ਤੇ ਉਹਦੇ ਪੈਗੰਬਰ ਦੇ داخل ਕਰੇਗਾ ਉਹਨੂੰ ਬਿਸ਼ਤਾ ਵਿੱਚ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ਤੇ ਇਹੋ ਹੀ ਕਾਮਯਾਬੀ ਏ ਵੱਡੀ ਤੇ ਜਿਹੜਾ ਹੁਕਮ ਮੋੜੇਗਾ ਅੱਲਾ ਤੇ ਉਹਦੇ ਪੈਗੰਬਰ ਦਾ ਤੇ ਟੱਪ ਜਾਏਗਾ ਦਾਂਉਂ ਦੀਆਂ ਪਾ ਦੇਵੇਗਾ ਉਹਨੂੰ ਅੱਗ ਵਿੱਚ ਸਦਾ ਰਹੇਗਾ ਉੱਥੇ ਤੇ ਉਹਨੂੰ ਖੁਆਰੀ ਦੀ ਮਾਰ ਹੈ ਤੇ ਜੜੀਆਂ ਕਰਨ ਬੇਹਯਾਈ ਦਾ ਕੰਮ ਤੁਹਾਡੀਆਂ ਔਰਤਾਂ ਵਿੱਚੋਂ ਤਾਂ ਗਵਾਹ ਲੱਭੋ ਉਹਨਾਂ ਉੱਤੇ ਚਾਰ ਮਰਦ ਆਪਣੇ ਮੁਸਲਮਾਨਾਂ ਵਿੱਚੋਂ ਫੇਰ ਜੇ ਗਵਾਹੀ ਦੇ ਦੇਣ ਤਾਂ ਬੰਦ ਰੱਖੋ ਉਹਨਾਂ ਨੂੰ ਘਰਾਂ ਵਿੱਚ ਜਦ ਤੱਕ ਉਮਰ ਨਾ ਪੂਰੀ ਕਰੇ ਉਹਨਾਂ ਦੀ ਮੌਤ ਯਾ ਮੁਕਰਰ ਕਰੇ ਅੱਲਾ ਉਹਨਾਂ ਲਈ ਕੋਈ ਹੋਰ ਰਾਹ ਤੇ ਜਿਹੜੇ ਦੋ ਮਰਦ ਕਰਨ ਉਹ ਬੇਹਯਾਈ ਦਾ ਕੰਮ ਤੇ ਸਾਡੇ ਵਿੱਚੋਂ ਫੇਰ ਸਜ਼ਾ ਦਿਓ ਉਹਨਾਂ ਨੂੰ ਫੇਰ ਜੇ ਤੋਬਾ ਕੀਤੀ ਹੋ ਨਏ ਤੇ ਸੌਰਗ ਹੈ ਤਾਂ ਮੂੰਹ ਫੇਰ ਲਾਓ ਉਹਨਾਂ ਤੋਂ ਉਹਨਾਂ ਨੂੰ ਕੁਝ ਨਾ ਕਹੋ ਅੱਲਾ ਜ਼ਰੂਰ ਹੀ ਮੁਰਮੁਰ ਤੋਬਾ ਮੰਨਦਾ ਹੈ ਮਿਹਰਬਾਨ ਹੈ ਤੋਬਾ ਕਬੂਲ ਕਰਨੇ ਦਾ ਵਾਦਾ ਅੱਲਾ ਦੇ ਜ਼ਮੇਂ ਨਿਰਾ ਉਹਨਾਂ ਹੀ ਲਈ ਹੈ ਜਿਹੜੇ ਕਰਦੇ ਨੇ ਬੁਰੀਾਈ ਨਦਾਨੀ ਨਾਲ ਫੇਰ ਤੋਬਾ ਕਰਦੇ ਨੇ ਥੋੜੇ ਚਿਰ ਪਿਛੋਂ ਸੋ ਉਹੋ ਨੇ ਜਿਨ੍ਹਾਂ ਦੀ ਤੋਬਾ ਕਬੂਲ ਕਰਦਾ ਹੈ ਅੱਲਾ ਤੇ ਇਹ ਅੱਲਾ ਜਾਣਦਾ ਹਕਮਤ ਵਾਲਾ ਹੈ ਤੇ ਉਹਨਾਂ ਦੀ ਤੋਬਾ ਕਬੂਲ ਕਰਨ ਦਾ ਵਾਦਾ ਨਹੀਂ ਹੈ ਜਿਹੜੇ ਕਰਦੇ ਰਹਿੰਦੇ ਨੇ ਬੁਰਾਈਆਂ ਇਥੋਂ ਤੱਕ ਜਦ ਸਾਹਮਣੇ ਆਈ ਕਿਸੇ ਦੇ ਉਹਨਾਂ ਵਿੱਚੋਂ ਮੌਤ ਆਖਣ ਲੱਗਾ ਮੈਂ ਹੁਣ ਤੋਬਾ ਕੀਤੀ ਤੇ ਨਾ ਉਹਨਾਂ ਦੀ ਜਿਹੜੇ ਮਰ ਜਾਂਦੇ ਨੇ ਨਾਲੇ ਉਹ ਮਰਨ ਤੱਕ ਕਾਫਰ ਰਹਿੰਦੇ ਨੇ ਬੇਈਮਾਨ ਉਹੋ ਨੇ ਜਿੰਨਾਂ ਲਈ ਅਸਾਂ ਤਿਆਰ ਕੀਤੀ ਏ ਦੁੱਖ ਦੀ ਮਾਰ ਐ ਇਮਾਨ ਵਾਲਿਓ ਹਲਾਲ ਨਹੀਂ ਹੈ ਤੁਹਾਨੂੰ ਜੇ ਜ਼ਬਰਦਸਤੀ ਧੱਕਾ ਕਰਕੇ ਔਰਤਾਂ ਦੇ ਵਾਰਸ ਬਣ ਬੈਠੋ ਤੇ ਨਾ ਰੋਕ ਰੱਖੋ ਉਹਨਾਂ ਨੂੰ ਤਾਂ ਲੈ ਲਓ ਕੁਝ ਉਸ ਵਿੱਚੋਂ ਜੋ ਦਿੱਤਾ ਸੀ ਤੁਸੀਂ ਉਹਨਾਂ ਨੂੰ ਪਰ ਜੋ ਕਰਨ ਖੁੱਲਾ ਬੇਹਿਆਈ ਦਾ ਕੰਮ ਤੇ ਗੁਜ਼ਰਾਨ ਕਰੋ ਉਹਨਾਂ ਨਾਲ achhi tarah naal ਫੇਰ ਜੇ ਉਹ ਤੁਹਾਨੂੰ ਬੁਰੀਆਂ ਲੱਗਣ ਤਾ ਸ਼ਾਇਦ ਤੁਹਾਨੂੰ ਬੁਰੀ ਲੱਗੀ ਇੱਕ ਚੀਜ਼ ਤੇ ਕਰੇ ਅੱਲਾ ਉਸ ਵਿੱਚ ਪਲਾਈ ਬਹੁਤ ਇਹ ਸਾਇਦ ਵਿੱਚ ਦੋ ਹੁਕਮ ਬਿਆਨ ਹੋਏ ਨੇ ਇੱਕ ਤੇ ਇਹ ਜੋ بیਵਾ ਔਰਤ ਆਪਣੇ نکاح ਦੀ ਆਪ ਮੁਖਤਾਰ ਹੈ ਮਰਨ ਵਾਲੇ ਦੇ ਭਾਈ ਬੰਦਾ ਨੂੰ ਜ਼ੋਰ ਆਬਰੀ ਨਾਲ نکاح ਕਰ ਕਰਾ ਦੇਣਾ ਰਵਾ ਨਹੀਂ ਤੇ ਨਾ ਉਸ ਨੂੰ ਬਾਹਰ ਰੱਖਣਾ ਰਵਾ ਹੈ ਤਾਂ ਹਾਰ ਕੇ ਜੋ ਮਰਨ ਵਾਲੇ ਨੇ ਦਿੱਤਾ ਸੀ ਮੋੜ ਕੇ ਦੇ ਜਾਏ ਹਾਂ ਗੈਰ ਸ਼ਰਾ ਕੰਮ ਤੋਂ ਰੋਕਣਾ ਰਵਾ ਹੈ ਦੂਸਰਾ ਹੁਕਮ ਇਹ ਜੋ ਔਰਤਾ ਨਾਲ ਨਰਮੀ ਨਾਲ ਗੁਜ਼ਾਰਾ ਕਰਨਾ ਚਾਹੀਦਾ ਹੈ ਜੇ ਕੋਈ ਗੱਲ ਉਹਨਾਂ ਦੀ ਨਾ ਪਸੰਦ ਹੋਵੇ ਤਾਂ ਕੋਈ ਖੂਬੀ ਵੀ ਹੋਵੇਗੀ ਬਦ ਖੋਈ ਤੇ ਬਦਲੇ ਬਦ ਖੋਈ ਨਹੀਂ ਚਾਹੀਦੀ ਤੇ ਜੇ ਤੁਸੀਂ ਚਾਹੋ ਇੱਕ بیوی ਦੀ ਥਾਂ ਦੂਜੀ بیوی ਪਾਵੇਂ ਦੇ ਚੁਕੇ ਹੋ ਕਿਸੇ ਨੂੰ ਉਹਨਾਂ ਵਿੱਚੋਂ ਢੇਰ ਮਾਲਦਾ ਤਾਂ ਨਾ ਲਓ ਉਸ ਵਿੱਚੋਂ ਇੱਕ ਜ਼ਰਾ ਫਲਾਉ ਲੈਂਦੇ ਹੋ ਤੂੰ ਮੁਤਲਾਕੇ ਤੇ ਗੁਨਾਹ ਖੁੱਲਾ ਖਾਟ ਕੇ ਕਿ ਕਿਸ ਤਰ੍ਹਾਂ ਤੁਸੀਂ ਇਹ ਲੈਂਦੇ ਹੋ ਨਾਲੇ ਜ਼ਰੂਰ ਮੇਲ ਹੋ ਚੁੱਕਾ ਹੈ ਤੁਸਾਂ ਵਿੱਚੋਂ ਇੱਕ ਨਾਂਦਾ ਇੱਕ ਨਾਲ ਤੇ ਲੈ ਚੁੱਕੇ ਹਾਂ ਤੁਸਾਂ ਤੋਂ ਇਕਰਾਰ ਪੱਕਾ ਯਾਨੀ ਨਕਾ ਤੇ ਨਾ ਵਿਆਹ ਉਹ ਜਿੰਨਾ ਔਰਤਾਂ ਨੂੰ ਵਿਆਇਆ ਹੈ ਤੁਹਾਡੇ ਪਿਓਾਂ ਨੇ ਪਰ ਜੋ ਅੱਗੇ ਹੋ ਚੁੱਕਾ ਸੋ ਹੋ ਚੁੱਕਾ ਉਹ ਜ਼ਰੂਰ ਹੈ ਬੇਹਯਾਈ ਦਾ ਕੰਮ ਤੇ ਉਸੇ ਦਾ ਤੇ ਕਈ ਬੁਰੀ ਰਸਮ ਹੈ ਹਰ ਆਮ ਹੋਈਆਂ ਨੇ ਤੁਸੀਂ ਉੱਤੇ ਤੁਹਾਡੀਆਂ ਮਾਵਾਂ ਤੇ ਤੁਹਾਡੀਆਂ ਧੀਆਂ ਤੇ ਤੁਹਾਡੀਆਂ ਭੈਣਾਂ ਤੇ ਤੁਹਾਡੀਆਂ ਫੁੱਫੀਆਂ ਤੇ ਤੁਹਾਡੀਆਂ ਮਾਸੀਆਂ ਤੇ ਧੀਆਂ ਭਰਾ ਦੀਆਂ ਤੇ ਧੀਆਂ ਭੈਣ ਦੀਆਂ ਤੇ ਉਹ ਮਾਵਾਂ ਤੁਹਾਡੀਆਂ ਜਿਨ੍ਹਾਂ ਦੁੱਧ ਪਲਾਇਆ ਤੁਹਾਨੂੰ ਤੇ ਭੈਣਾਂ ਤੁਹਾਡੀਆਂ ਦੁੱਧ ਸ਼ਰੀਕ ਤੇ ਮਾਵਾਂ ਤੁਹਾਡੀਆਂ ਬੀਵੀਆਂ ਦੀਆਂ ਤੇ ਪਿਛ ਲੱਗਾ ਤੁਹਾਡੀਆਂ ਜਿਹੜੀਆਂ ਤੁਹਾਡੀ ਗੋਦ ਵਿੱਚ ਨੇ ਤੁਹਾਡੀਆਂ ਉਹਨਾਂ ਔਰਤਾਂ ਤੇ ਜਿਨ੍ਹਾਂ ਕੋਲ ਤੁਸੀਂ ਗਏ ਹੋ ਫੇਰ ਜੇ ਤੁਸੀਂ ਉਹਨਾਂ ਕੋਲ ਨਹੀਂ ਗਏ ਤਾਂ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਤੇ ਬੀਵੀਆਂ ਪੁੱਤਰਾਂ ਤੁਹਾਡੇ ਆਂ ਦੀਆਂ ਜਿਹੜੇ ਤੁਹਾਡੀ ਸਲਵ ਵਿੱਚੋਂ ਨੇ ਤੇ ਹਰਾਮ ਹੈ ਇਹ ਜੋ ਕੱਠੀਆਂ ਰੱਖੋ ਦੋ ਪੈਣਾ ਪਰ ਜੋ ਅੱਗੇ ਹੋ ਚੁੱਕਾ ਸੋ ਹੋ ਚੁੱਕਾ ਅੱਲਾ ਜ਼ਰੂਰੀ ਬਖਸ਼ਨਾਰ ਹੈ ਮਿਹਰਬਾਨ ਹੈ ਤੇ ਖਸਮਾ ਵਾਲੀਆਂ ਔਰਤਾਂ ਪਰ ਜਿਨ੍ਹਾਂ ਦੇ ਲੜਾਈ ਵਿੱਚ ਤੁਸੀਂ مالک ਹੋ ਗਏ ਉਕਮ ਲਿਕੇ ਆ ਅੱਲਾ ਦਾ ਤੁਹਾਡੇ ਸਿਰ ਤੇ ਹਲਾਲ ਹੋਇਆ ਤੁਹਾਨੂੰ ਜੋ ਸੁਆ ਇਹਨਾਂ ਦੇ ਜੇ ਤਾਂ ਟੁੰਡੋ ਆਪਣੇ ਮਾਲਾ ਨਾਲ ਯਾਨੀ ਮਾਰਦਾ ਕਰਕੇ ਨਿਕਾ ਕਰੋ ਪਰਹੇਜ਼ ਕਰਨ ਨੂੰ ਨਾ ਮਸਤੀ نکالਨ ਨੂੰ ਫੇਰ ਜਿਹੜੀ ਤੋਂ ਤੁਸੀਂ ਫਾਇਦਾ ਲਿਆ ਉਹਨਾਂ ਵਿੱਚੋਂ ਸੋ ਦਿਓ ਉਹਨਾਂ ਨੂੰ ਮਾਰੋਂ ਨੰਦੇ ਬੱਦੇ ਹੋਏ ਤੇ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਜਿਨੇ ਵਿੱਚ ਤੁਸੀਂ ਆਪੇ ਵਿੱਚ ਰਾਜ਼ੀ ਹੋ ਜਾਓ ਪਿੱਛੇ ਵੱਧਦੇ ਹੋਏ ਮਹਿਰ ਦੇ ਅੱਲਾ ਜ਼ਰੂਰ ਹੈ ਜਾਣਦਾ ਹਕਮਤ ਵਾਲਾ ਹੈ ਯਾਨੀ ਹਰਾਮ ਹੋਈਆਂ ਨੇ ਖਸਮਾਂ ਵਾਲੀਆਂ ਵੀ ਪਰ ਜੇ ਲੜਾਈ ਵਿੱਚੋਂ ਕਾਫਰਾਂ ਦੀਆਂ ਔਰਤਾਂ ਕੈਦ ਕਰ ਲਿਆਂਦੀਆਂ ਭਾਵੇਂ ਪਿੱਛੇ ਉਹਨਾਂ ਦੇ ਖਸਮ ਵੀ ਜਿਉਂਦੇ ਹੋਣ ਉਹ ਤਾਂ ਵੀ ਤੁਹਾਨੂੰ ਹਲਾਲ ਨੇ ਤੇ ਜਿਸ ਦਾ ਮਕਦੂਰ ਨਾ ਹੋਵੇ ਤੁਸੀਂ ਵਿੱਚ ਆਜ਼ਾਦ ਮੁਸਲਮਾਨ ਔਰਤਾਂ ਨਿਕਾਹ ਕਰਨ ਦੇ ਤਾਂ ਤੁਸੀਂ ਆਪਣੀ ਮਿਲਕੀਅਤ ਦੀਆਂ ਮੁਸਲਮਾਨ ਲੌਡੀਆਂ ਨਾਲ ਨਿਕਾਹ ਕਰ ਲਓ ਤੇ ਅੱਲਾ ਨੂੰ ਬਿਹਤਰ ਮਾਲੂਮ ਹੈ ਮੁਸਲਮਾਨੀ ਤੁਹਾਡੀ ਤੁਸੀਂ ਆਪਸ ਵਿੱਚ ਇਕੋ ਜੇ ਹੋ ਸੋ ਨਿਕਾਹ ਕਰੋ ਉਹਨਾਂ ਨਾਲ ਉਹਨਾਂ ਦੇ ਮਾਲਕਾਂ ਦੇ ਹੁਕਮ ਨਾਲ ਤੇ ਦਿਓ ਉਹਨਾਂ ਨੂੰ ਮਾਰੋ ਨਾ ਦੇ achhi tarah naal neek hon badkar na hon ਤੇ ਨਾ ਲਖਦੀਆਂ ਹੋਣ ਛੁਪੇ ਯਾਰ ਫੇਰ ਜਦ ਨਕਾਬ ਵਿੱਚ ਆ ਚੁਕੀਆਂ ਫੇਰ ਜੇ ਕਰਨ ਬੇਹਾਇਤਾ ਕੰਮ ਤਾਂ ਉਹਨਾਂ ਉੱਤੇ ਅਦਾ ਉਸਦਾਬਦਾ ਏ ਜੋ ਅਸੀਲ ਬੀਬੀਆਂ ਉੱਤੇ ਹੈ ਇਹ ਹੁਕਮ ਏ ਉਹਦੇ ਲਈ ਜਿਹੜਾ ਡਰੇ ਬਦਕਾਰੀਆਂ ਤੋਂ ਤੁਸਾਂ ਵਿੱਚੋਂ ਤੇ ਸਬਰ ਕਰਨਾ ਤੁਹਾਡਾ ਚੰਗਾ ਏ ਤੁਹਾਡੇ ਲਈ ਤੇ ਅੱਲਾ ਬਖਸ਼ਨਹਾਰ ਮਿਹਰਬਾਨ ਚਾਹੁੰਦਾ ਹੈ ਅੱਲਾ ਜੋ ਬਿਆਨ ਕਰੇ ਤੁਸਾਂ ਲਈ ਤੇ ਚਲਾਏ ਤੁਹਾਨੂੰ ਅਗਲੇ ਹੰਦੇ ਰਹੀਂ ਤੇ ਮਾਫ ਕਰੇ ਤੁਹਾਨੂੰ ਤੇ ਅੱਲਾ ਜਾਣਦਾ ਹਕਮਤ ਵਾਲਾ ਹੈ ਤੇ ਅੱਲਾ ਚਾਹੁੰਦਾ ਹੈ ਜੋ ਮਾਫ ਕਰੇ ਤੁਹਾਨੂੰ ਤੇ ਚਾਹਦੇ ਨੇ ਜਿਹੜੇ ਮਗਰ ਪੈਂਦੇ ਨੇ ਮਜ਼ਿਆਂ ਦੇ ਜੇ ਤੁਸੀਂ ਵਿੰਗੇ ਰਾਹ ਪੈ ਜਾਓ ਰਾਮ ਪਹੁੰਚ ਜਾਓ ਪਉਣਾ ਬੜਾ ਚਾਹੁੰਦਾ ਹੈ ਅੱਲਾ ਜੋ ਭਾਰ ਹੌਲਾ ਕਰੇ ਤੁਹਾਡੇ ਤੋਂ ਤੇ ਬਣਾਇਆ ਹੈ ਆਦਮੀ ਨੂੰ ਕਮਜ਼ੋਰ ਏਈਮਾਨ ਵਾਲਿਓ ਨਾ ਖਾਓ ਮਾਲ ਆਪਣੇ ਆਪਸ ਵਿੱਚ ਨਾ ਹੱਕ ਪਰ ਜੋ ਹੋਵੇ ਸੌਦਾ ਤੁਹਾਡੇ ਆਪਸ ਦੇ ਰਾਜੀ ਨਾਮੇ ਦਾ ਤੇ ਨਾ ਮਾਰੋ ਜਾਨਾ ਆਪਣੀਆਂ ਅੱਲਾ ਜ਼ਰੂਰ ਹੈ ਤੁਸਾਂ ਉਤੇ ਮਿਹਰਬਾਨ ਤੇ ਜਿਹੜਾ ਕਰੇਗਾ ਇਹ ਕੰਮ ਵਾਦੇ ਤੇ ਤੱਕੇ ਨਾਲ ਤਾਂ ਅੱਗੋ ਅਸੀਂ ਪਾਵਾਂਗੇ ਉਹਨੂੰ ਅੱਗ ਵਿੱਚ ਤੇ ਹੈ ਇਹ ਕੰਮ ਅੱਲਾ ਅਗੇ ਆਸਾਨ ਜੇ ਤੁਸੀਂ ਕਿਨਾਰਾ ਕਰੋਗੇ ਉਹਨਾਂ ਵੱਡੇ ਵੱਡੇ ਗੁਨਾਹਾਂ ਤੋਂ ਜਿੰਨਾ ਤੋਂ ਵਰਜੇ ਜਾਂਦੇ ਹੋ ਤਾਂ ਉਤਾਰ ਦੇਾਂਗੇ ਅਸੀਂ ਤੁਹਾਡੇ ਚਿਰੋਂ ਛੋਟੇ ਗੁਨਾਹ ਤੋੜ ਦੇ ਤੇ ਵਾੜਾਂਗੇ ਤੁਹਾਨੂੰ ਇੱਜ਼ਤ ਦੀ ਜਗ੍ਹਾ ਵਿੱਚ ਤੇ ਨਾ ਹਿਰਸ ਕਰੋ ਉਸ ਰਤਬੇ ਦੀ ਜਿਹਦੇ ਨਾਲ ਵਡਿਆਈ ਦਿੱਤੀ ਅੱਲਾਹ ਨੇ ਤੁਸਾਂ ਵਿੱਚੋਂ ਇਕਨਾਂ ਨੂੰ ਇਕਨਾਂ ਉੱਤੇ ਮਰਦਾਂ ਦਾ ਹਿੱਸਾ ਹੈ ਆਪਣੇ ਅਮਲ ਦੇ ਸਬੱਬੋਂ ਤੇ ਔਰਤਾਂ ਦਾ ਹਿੱਸਾ ਹੈ ਆਪਣੇ ਅਮਲ ਦੇ ਸਬੱਬੋਂ ਤੇ ਮੰਗੋ ਅੱਲਾਹ ਤੋਂ ਫਜ਼ਲ ਹੋਦਾ ਅੱਲਾ ਜ਼ਰੂਰ ਹਰ ਚੀਜ਼ ਦਾ ਜਾਣੂ ਹੈ ਤੇ ਹਰ ਕਿਸੇ ਦੇ ਠਹਿਰਾ ਦਿੱਤੇ ਨੇ ਅਸਾਂ ਵਾਰਸ ਉਸ ਮਾਲ ਵਿੱਚੋਂ ਜੋ ਛੱਡਿਆ ਹੈ ਤੁਹਾਡੇ ਜੰਮਨ ਵਾਲਿਆਂ ਨੇ ਤੇ ਸੱਕਿਆਂ ਨੇ ਤੇ ਜਿਨ੍ਹਾਂ ਨਾਲ ਤੁਸੀਂ ਐਦ ਬੱਦਾਏ ਸੋ ਦਿਓ ਉਹਨਾਂ ਨੂੰ ਹਿੱਸਾ ਉਹਨਾਂ ਦਾ ਅੱਲਾ ਜ਼ਰੂਰ ਹਰ ਕਿਸੇ ਉੱਤੇ ਗਵਾਹ ਮਰਦਾ ਹਾਕਮ ਨੇ ਔਰਤਾਂ ਉੱਤੇ ਉਸ ਬਬ ਨਾਲ ਜੋ ਵਡਿਆਈ ਦਿੱਤੀ ਅੱਲਾਹ ਨੇ ਉਹਨਾਂ ਵਿੱਚੋਂ ਇਕਨਾਂ ਨੂੰ ਇਕਨਾਂ ਤੇ ਨਾਲੇ ਉਸ سبب ਨਾਲ ਜੋ ਖਰਚੋਂ ਨੇ ਮਾਲ ਆਪਣੇ ਨਿਕਾਹ ਵਿੱਚ ਜਿਉ ਮਹਿਰ ਤੇ ਰੋਟੀ ਕਪੜੇ ਦਾ ਖਰਚ ਤੇ ਜਿਹੜੀਆਂ ਨੇਕ ਬਖਤਾ ਨੇ ਫਰਮਾਨਬਰਦਾਰ ਨੇ ਨਿਗਰਾਨੀ ਕਰਦੀਆਂ ਨੇ ਮਰਦਾਂ ਦੇ ਹਕੂਕ ਦੀ ਉਹਨਾਂ ਦੇ ਪਿੱਛੇ ਅੱਲਾਹ ਦੀ ਨਿਗਰਾਨੀ ਨਾਲ ਤੇ ਜਿਨ੍ਹਾਂ ਦੀ ਬੇਫਰਮਾਨੀ ਦਾ ਤੁਹਾਨੂੰ ਡਰ ਹੋਵੇ ਤਾ ਉਹਨਾਂ ਨੂੰ ਨਸੀਹਤ ਕਰੋ ਤੇ ਜੁਦਾ ਕਰੋ ਉਹਨਾਂ ਨੂੰ ਬਿਸਤਰਿਆਂ ਵਿੱਚ ਤੇ ਮਾਰੋ ਉਹਨਾਂ ਨੂੰ ਫਿਰ ਜੇ ਆਖੇ ਲੱਗ ਜਾਣ ਤੁਹਾਡੇ ਤੇ ਨਾ ਢੂੰਡੋ ਉਹਨਾਂ ਤੇ ਕੋਈ ਰਾਹ ਦਸ ਦਿਰਾਜ਼ੀ ਦੀ ਖਾਮ ਖਾ ਅੱਲਾ ਜ਼ਰੂਰ ਹੈ ਬੜਾ ਉੱਚਾ ਮਰਤਬੇ ਵੱਲੋਂ ਤੇ ਜੇ ਤੁਹਾਨੂੰ ਡਰ ਹੋਵੇ ਉਹਨਾਂ ਦੋਵਾਂ ਦੇ ਵਿੱਚ ਦੀ ਜ਼ਿੱਦ ਦਾ ਤਾਂ ਬਣਾਓ ਇੱਕ ਪੈਂਚ ਮਰਦ ਦੇ ਟੱਬਰ ਵਿੱਚੋਂ ਤੇ ਇੱਕ ਪੈਂਚ ਔਰਤ ਦੇ ਟੱਬਰ ਵਿੱਚੋਂ جے دووے نیت کرن سولا کران دی تاں اتفاق پائے گا اللہ میاں بیوی بی وچ بی بی اللہ ضرور ہے جاندہ خبردار تے عبادت کرو اللہ دی تے نہ برابر کرو او سنال کسے چیز نو تے جمن والے نال احسان کرنا تے ساکاں سہنا تے یتیمہ تے پکھیا نال تے ہمسایاں ساک تے ہمسایت بیگانے نال تے نال دے ساتھی نال تے رائی نال ਤੇ ਉਸ ਨਾਲ ਜਿਨ੍ਹਾਂ ਦੇ ਤੁਸੀਂ مالک ਹੋਇਓ ਅੱਲਾ ਨੂੰ ਜ਼ਰੂਰ ਨਹੀਂ ਭਾਉਂਦਾ ਜਿਹੜਾ ਹੈ ਵਿਡਿਆਈ ਮਾਰਦਾ شیخ ਖੋਰਾ ਜਿਹੜੇ ਕੰਜੂਸੀ ਕਰਦੇ ਨੇ ਤੇ ਹੁਕਮ ਕਰਦੇ ਨੇ ਲੋਕਾਂ ਨੂੰ ਕੰਜੂਸੀ ਦਾ ਤੇ ਲਗਾਉਂਦੇ ਨੇ ਜੋ ਦਿੱਤਾ ਉਹਨਾਂ ਨੂੰ ਅੱਲਾ ਨੇ ਆਪਣੀ ਫਜ਼ਲ ਨਾਲ ਤੇ ਤਿਆਰ ਕੀਤੀ ਅਸਾਂ ਬਈ ਅਮਾਨਾ ਲਈ ਮਾਰ ਖوار ਕਰਨ ਵਾਲੀ ਤੇ ਜਿਹੜੇ ਖਰਚਦੇ ਨੇ ਮਾਲ ਆਪਣੇ ਲੋਕਾਂ ਨੂੰ ਵਖਾਣ ਲਈ ਤੇ ਨਹੀਂ ਮੰਨਦੇ ਅੱਲਾ ਨੂੰ ਤੇ ਨਾ ਦਿਨ ਆਖਰਤ ਨੂੰ ਤੇ ਜਿਸ ਦਾ ਸਾਥੀ ਹੋਇਆ ਸ਼ੈਤਾਨ ਸੋ ਕੀ ਬੁਰਾ ਸਾਥੀ ਹੈ ਤੇ ਕੀ ਭਾਰ ਸੀ ਉਹਨਾਂ ਉੱਤੇ ਜੇ ਮੰਨਦੇ ਅੱਲਾ ਨੂੰ ਤੇ ਦਿਨ ਆਖਰਤ ਨੂੰ ਤੇ ਖਰਚ ਦੇ ਉਸ ਵਿੱਚੋਂ ਜੋ ਦਿੱਤਾ ਉਹਨਾਂ ਨੂੰ ਅੱਲਾ ਨੇ ਤੇ ਅੱਲਾ ਉਹਨਾਂ ਨੂੰ ਜਾਣਦਾ ਹੈ ਅੱਲਾ ਜ਼ਰੂਰ ਕਿਸੇ ਦਾ ਹੱਕ ਨਹੀਂ ਮਾਰਦਾ ਬਰਾਬਰ ਇੱਕ ਜ਼ਰਰੇ ਦੇ ਤੇ ਜੇ ਹੋਵੇ ਨੇਕੀ ਦੂਨੀ ਕਰਦਾ ਉਸ ਨੂੰ ਤੇ ਦਿੰਦਾ ਆਪਣੇ ਕੋਲੋਂ ਸਵਾਬ ਬੜਾ ਫਿਰ ਕੀ ਕਰ ਗੁਜ਼ਰੇਗੀ ਜਦ ਲਿਆਵਾਂਗੇ ਅਸੀਂ ਹਰ ਉਮਤ ਵਿੱਚੋਂ ਇੱਕ ਗਵਾ ਕਿ ਲਿਆਵਾਂਗੇ ਤੁਹਾਨੂੰ ਇਹਨਾਂ ਲੋਕਾਂ ਤੇ ਗਵਾ ਉਸ ਦਿਨ ਚਾਣਗੇ ਜਿਹੜੇ ਬੇਈਮਾਨ ਹੋ ਗਏ ਤੇ ਹੁਕਮ ਮੋੜਿਓ ਨੇ ਪੈਗੰਬਰ ਦਾ ਹਾਏ ਕਿਸੇ ਤਰ੍ਹਾਂ ਉਹ ਰਲ ਜਾਂਦੇ ਮਿੱਟੀ ਨਾਲ ਤੇ ਨਾ ਲੁਕਾ ਸਕਣਗੇ ਅੱਲਾਹ ਤੋਂ ਕੋਈ ਗੱਲ ਐ ਇਮਾਨ ਵਾਲਿਓ ਨੇੜੇ ਨਾ ਜਾਓ ਨਮਾਜ਼ ਦੇ ਜਦ ਤੁਸੀਂ ਮਸਤ ਹੋਵੋ ਜਦ ਤੱਕ ਸਮਝੋ ਨਾ ਜੋ ਆਖਦੇ ਹੋ ਸ਼ਰਾਬ ਪੀਣ ਨਾਲੇ ਹੁਕਮ ਉਸ ਵਕਤ ਫਰਮਾਇਆ ਸੀ ਜਦ ਸ਼ਰਾਬ ਹਰਾਮ ਨਹੀਂ ਸੀ ਹੋਈ ਹੋਈ ਪਿੱਛੋਂ ਸ਼ਰਾਬ ਵੀ ਹਰਾਮ ਹੋ ਗਈ ਤੇ ਨਾ ਜਨਾਬਤ ਦੀ ਹਾਲਤ ਵਿੱਚ ਸਵਾ ਮੁਸਾਫਰੀ ਦੇ ਜਦ ਤੱਕ ਨਾ ਨਾ ਲੋ ਤੇ ਜੇ ਤੁਸੀਂ ਹੋਵੋ ਬਿਮਾਰ ਜਾਂ ਸਫਰ ਵਿੱਚ ਜਾਂ ਆਇਆ ਕੋਈ ਤੁਸਾਂ ਵਿੱਚੋਂ ਰਫਾ ਹਾਜਤ ਕਰਕੇ ਜਾ ਜ਼ਰੂਰੋਂ ਜਾਂ ਛੂਕੇ ਔਰਤਾਂ ਨੂੰ ਫਿਰ ਨਾ ਮਿਲੇ ਪਾਣੀ ਤਾਂ ਤਯਮਮ ਕਰੋ ਮਿੱਟੀ پاک ਨਾਲ ਫਿਰ ਮਲੋ ਮੂੰਹ ਆਪਣੇਆਂ ਤੇ ਹੱਥਾਂ ਆਪਣੇਆਂ ਨੂੰ ਅੱਲਾ ਜ਼ਰੂਰ ਹੈ ਮਾਫ ਕਰਨ ਵਾਲਾ ਬਖਸ਼ਣਹਾਰ ਭਲਾ ਤੁਸਾਂ ਨਹੀਂ ਡਿਠਾਉਣਾ ਵਲ ਜਿਨਾਂ ਨੂੰ ਮਿਲਿਆ ਇਹ ਹਿੱਸਾ ਕਿਤਾਬ ਦਾ ਖਰੀਦੇ ਨੇ ਕੋਰਾ ਤੇ ਚਾਹਦੇ ਨੇ ਜੋ ਤੁਸੀਂ ਵੀ ਭੁੱਲ ਜਾ ਹੋਰਾ ਤੇ ਅੱਲਾ ਵਦੇਰਾ ਜਾਣਦਾ ਹੈ ਤੁਹਾਡੇ ਦੁਸ਼ਮਨਾਂ ਨੂੰ ਤੇ ਬਤੇਰਾ ਹੈ ਅੱਲਾ ਕੰਮ ਬਣਾਉਣ ਵਾਲਾ ਤੇ ਬਤੇਰਾ ਹੈ ਅੱਲਾ ਮਦਦ ਕਰਨ ਵਾਲਾ ਉਹਨਾਂ ਵਿੱਚੋਂ ਜਿਹੜੇ ਯਹੂਦੀ ਹੋਏ ਨੇ ਬਦਲ ਦਿੰਦੇ ਨੇ ਗੱਲਾਂ ਨੂੰ ਉਹਨਾਂ ਦੀਆਂ ਜਗ੍ਹਾ ਤੋਂ ਤੇ ਆਖਦੇ ਨੇ ਸੁਣਿਆ ਆ ਸਾ ਤੇ ਨਹੀਂ ਮੰਨਿਆ ਆ ਸਾ ਤੇ ਸੁਣ ਤੇ ਨਾ ਸੁਣਾਇਆ ਜਾਂ ਐ ਤੇ ਰਾਏ ਨਾ ਮਰੋੜ ਕੇ ਜ਼ਬਾਨਾਂ ਆਪਣੀਆਂ ਤੇ ਤਾਣਾ ਦੇ ਕੇ ਦੀਨ ਵਿੱਚ ਤੇ ਜੇ ਕਦੇ ਉਹ ਆਖਦੇ ਅਸਾਂ ਸੁਣਿਆ ਐ ਤੇ ਮੰਨਿਆ ਐ ਤੇ ਸੁਣ ਤੇ ਵੇਖ ਸਾਡੇ ਵੱਲ ਤਾਂ ਹੁੰਦਾ ਚੰਗਾ ਹੋਂ ਨਾਲੇ ਤੇ ਡਾਡਾ درست ਪਰ ਫਿਟਕਾਰਿਆ ਉਹਨਾਂ ਨੂੰ ਅੱਲਾ ਨੇ ਉਹਨਾਂ ਦੀ ਬੇਈਮਾਨੀ ਦੇ ਸਬਬੋਂ ਸੋ ਨਹੀਂ ਮੰਨਦੇ ਪਰ ਥੋੜਾ ਐ ਉਹ ਲੋਕੋ ਜਿਨ੍ਹਾਂ ਨੂੰ ਮਿਲੀ ਇਹ ਕਿਤਾਬ ਮਨੋ ਜੋ ਉਤਾਰਿਆ ਸਾ ਸੱਚਾ ਆਖਦਾ ਤੁਹਾਡੇ ਕੋਲ ਦੀ ਨੂੰ ਪਹਿਲੇ ਇਸ ਦੇ ਜੁਟਾ ਦੇ ਹੀ ਸੀ ਸੂਰਤ ਮੂਹਾਂ ਦੀ ਫਿਰ ਉਲਟ ਦੇ ਇਹ ਉਹਨਾਂ ਨੂੰ ਉਹਨਾਂ ਦੀ ਕੰਡ ਦੀ ਸ਼ਕਲ ਉੱਤੇ ਇੱਕ ਤਖਤੇ ਦਾ ਤਖਤਾ ਕਰ ਦਈਏ ਰੋਟਾ ਰਏ ਨਾ ਨੱਕ ਨਾ ਅੱਖ ਯਾ ਫਿਟਕਾਰ ਦਈਏ ਉਹਨਾਂ ਨੂੰ ਜਿਵੇਂ ਅਸੀਂ ਫਿਟਕਾਰ ਦਿੱਤੇ ਹਫਤੇ ਵਾਲੇ ਤੇ ਅੱਲਾ ਦਾ ਹੁਕਮ ਪੂਰਾ ਹੋ ਕੇ ਰਹਿੰਦਾ ਹੈ ਅੱਲਾ ਜ਼ਰੂਰ ਨਹੀਂ ਬਖਸ਼ਦਾ ਜੋ ਕਿਸੇ ਨੂੰ ਸ਼ਰੀਕ ਕਰੇ ਉਹਦੇ ਨਾਲ ਤੇ ਬਖਸ਼ਦਾ ਹੈ ਜੋ ਇਹਦੇ ਸਵਾਏ ਜਿੰਨੂੰ ਚਾਹੇ ਤੇ ਜਿੰਨੇ ਸ਼ਰੀਕ ਬਣਾਇਆ ਅੱਲਾ ਦਾ ਸੋ ਜ਼ਰੂਰ ਉਸਨੇ ਬੜਾ ਗੁਨਾਹ ਕੀਤਾ ਪਰ ਤੁਸੀਂ ਨਹੀਂ ਡਿਠਾ ਉਹ ਨਵਲ ਜਿਹੜੇ ਪਾਕ ਆਖਦੇ ਨੇ ਆਪਣੇ ਆਪ ਨੂੰ ਸਗੋ ਅੱਲਾ ਪਾਕ ਕਰਦਾ ਜਿੰਨੂੰ ਚਾਹੇ ਤੇ ਉਹਨਾਂ ਦਾ ਹੱਕ ਨਾ ਮਾਰਿਆ ਜਾਏਗਾ ਧਾਗੇ ਬਰਾਬਰ ਵੀ ਇੱਕ ਜਰਾ ਵੇਖੋ ਕਿਸ ਤਰ੍ਹਾਂ ਜੋੜਦੇ ਨੇ ਅੱਲਾ ਉੱਤੇ ਝੂਠ ਤੇ ਬਤੇਰਾ ਇਹੋ ਗੁਨਾਹ ਖੁੱਲਾ ਫਲਾ ਤੁਸਾਂ ਨਹੀਂ ਡਿਠਾ ਉਹਨਾਂ ਵੱਲ ਜਿਨ੍ਹਾਂ ਨੂੰ ਮਿਲਿਆ ਇਹ ਕਿੱਸਾ ਕਿਤਾਬ ਦਾ ਮੰਨਦੇ ਨੇ ਬੁਤਾਂ ਤੇ ਸ਼ਤੂਂਗੜਿਆਂ ਨੂੰ ਤੇ ਆਖਦੇ ਨੇ ਬੇਈਮਾਨਾਂ ਦੇ ਹੱਕ ਵਿੱਚ ਇਹਨਾਂ ਦਾ ਰਾਹ ਬੜਾ ਸਿੱਧਾ ਹੈ ਈਮਾਨ ਵਾਲਿਆਂ ਨਾਲੋਂ ਉਹੋ ਨੇ ਜਿਨ੍ਹਾਂ ਨੂੰ ਪਿਟਕਾਰਿਆ ਅੱਲਾ ਨੇ ਤੇ ਜਿਸ ਨੂੰ ਪਿਟਕਾਰਿਆ ਅੱਲਾ ਸੋ ਨਾ ਲੱਬੇਗਾ ਉਹਦਾ ਕੋਈ ਮਦਦਗਾਰ ਭਲਾ ਉਹਨਾਂ ਦਾ ਕੁਝ ਸਾਇ ਬਾਦਸ਼ਾਹੀ ਵਿੱਚ ਤਾਂ ਤਦ ਨਾ ਦਿੰਦੇ ਲੋਕਾਂ ਨੂੰ ਖਜੂਰ ਦੀ ਗਿਟਕ ਦੇ ਵੱਡੇ ਬਰਾਬਰ ਵੀ ਕਿਉਂ ਦੁੱਖ ਕਰਦੇ ਨੇ ਲੋਕਾਂ ਦਾ ਉਸਤੇ ਜੋ ਦਿੱਤਾ ਉਹਨਾਂ ਨੂੰ ਅੱਲਾ ਨੇ ਆਪਣੇ ਫਜ਼ਲ ਨਾਲ ਸੋ ਜ਼ਰੂਰ ਅਸਾਂ ਦਿੱਤੀ ਹੈ ਇਬਰਾਹੀਮ ਦੀ ਆਲੂ ਕਿਤਾਬ ਕਿ ਇਲਮ ਤੇ ਜਿੱਤੀ ਅਸਾਂ ਉਹਨਾਂ ਨੂੰ ਬਾਦਸ਼ਾਹੀ ਬੜੀ ਫੇਰ ਕਿਸੇ ਨੇ ਉਹਨਾਂ ਵਿੱਚੋਂ ਉਸ ਨੂੰ ਮੰਨਿਆ ਤੇ ਕੋਈ ਉਹਨਾਂ ਵਿੱਚੋਂ ਉਸ ਤੋਂ ਫਿਰ ਗਿਆ ਤੇ ਬਤੇਰਾ ਇਹ ਦੋਜ਼ਖ ਬਲਦੀ ਅੱਗ ਜਿਨ੍ਹਾਂ ਨਹੀਂ ਮੰਨਿਆ ਸਾਡੀਆਂ ਆਇਤਾਂ ਉਹਨਾਂ ਨੂੰ ਅਸੀਂ ਜ਼ਰੂਰ ਪਾਵਾਂਗੇ ਅੱਗ ਵਿੱਚ ਜਦ ਪੱਕ ਜਾਣਗੇ ਚਾਮ ਉਹਨਾਂ ਦੇ ਬਦਲ ਦੇਵਾਂਗੇ ਅਸੀਂ ਉਹਨਾਂ ਨੂੰ ਚਮ ਹੋਰ ਤਾਂ ਸਵਾਦ ਲੈਣ ਮਾਰਦਾ ਅੱਲਾ ਜ਼ਰੂਰ ਹੈ ਜ਼ੋਰ ਆਵਰ ਹਕਮਤ ਵਾਲਾ ਤੇ ਜਿੰਨਾ ਮੰਨਿਆ ਹੈ ਕਿ ਕੀਟੀਆਂ ਨੇ ਬਲਿਆਈਆਂ ਉਹਨਾਂ ਨੂੰ ਅਸੀਂ ਪਾਵਾਂਗੇ ਬੇਸ਼ਟਾ ਵਿੱਚ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ਸਾਰੀ ਉਮਰਾਂ ਉਹਨਾਂ ਲਈ ਉੱਥੇ ਬੀਵੀਆਂ ਨੇ ਸੁਤਰੀਆਂ ਤੇ ਵਾਰਾਂਗੇ ਅਸੀਂ ਉਹਨਾਂ ਨੂੰ ਸੰਗਣੀ ਛਾਵੇਂ ਅੱਲਾ ਜ਼ਰੂਰ ਹੁਕਮ ਕਰਦਾ ਹੈ ਤੁਹਾਨੂੰ ਜੋ ਪੁਚਾ ਦਿਓ ਆ ਮੰਨਤਾ ਅਮਾਨਤਾ ਵਾਲਿਆਂ ਨੂੰ ਤੇ ਜਦ ਤੁਸੀਂ ਮਨਸਫੀ ਕਰਨ ਲੋਗੋ ਲੋਕਾਂ ਵਿੱਚ ਮਨਸਫੀ ਕਰੋ ਇਨਸਾਫ ਨਾਲ ਜ਼ਰੂਰ ਵਾਹ ਵਾ ਗੱਲ ਹੈ ਜਿਸ ਦੀ ਨਸੀਅਤ ਕਰਦਾ ਹੈ ਤੁਹਾਨੂੰ ਅੱਲਾ ਅੱਲਾ ਜ਼ਰੂਰ ਹੈ ਸੁਣਦਾ ਵੇਖਦਾ اے ایمان ਵਾਲਿਓ ਆਖੇ ਲਗੋ ਅੱਲਾ ਦੇ ਤੇ ਆਖੇ ਲਗੋ ਪੈਗੰਬਰ ਦੇ ਤੇ ਹੁਕਮ ਕਰਨ ਵਾਲਿਆਂ ਦੇ ਆਪਣੇ ਵਿੱਚੋਂ ਫੇਰ ਜੇ ਝਗੜ ਪਾਓ ਕਿਸੇ ਗੱਲ ਵਿੱਚ ਤਾਂ ਪਵਾ ਲੈ ਜਾਓ ਉਹ ਗੱਲ ਅੱਲਾ ਤੇ ਪੈਗੰਬਰ ਵੱਲ ਜੇ ਮੰਨਦੇ ਹੁੰਦੇ ਹੋ ਅੱਲਾ ਨੂੰ ਤੇ ਦਿਨ ਆਖਰਤ ਨੂੰ ਇਹ ਚੰਗਾ ਤੇ ਸੋਣਾ ਔਲਕ ਵਿੱਚ ਭਲਾ ਤੋਂ ਨਹੀਂ ਡਿਠਾ ਉਹਨਾਂ ਵਾਲੇ ਜਿਹੜੇ ਦਾਵਾ ਕਰਦੇ ਨੇ ਜੋ ਉਹਨਾਂ ਨੇ ਮੰਨੇ ਜੋ ਉਤਰਿਆ ਤੇਰੇ ਵੱਲ ਤੇ ਜੋ ਉਤਰਿਆ ਪਹਿਲੇ ਤੇਥੋਂ ਚਾਹਦੇ ਨੇ ਜੋ ਨਿਆਹ ਕਰਵਾਉਣ ਜਾਣ ਹੱਦੋਂ ਟੱਪਣ ਦਾ ਹੁਕਮ ਕਰਨ ਵਾਲੇ ਤਾਗੂਤ ਵੱਲ ਤੇ ਹੁਕਮ ਵੀ ਮਿਲ ਚੁਕਾ ਨੇ ਉਸ ਨੂੰ ਯਾਨੀ ਤਾਗੂਤ ਨੂੰ ਨਾ ਮੰਨਣ ਦਾ ਤੇ ਚਾਹਦਾ ਹੈ ਸ਼ੈਤਾਨ ਜੋ ਰਾਹ ਭੁਲਾਵੇ ਉਹਨਾਂ ਨੂੰ ਭੁਲਾਣਾ ਦੂਰ ਦਾ ਤੇ ਜਦ ਕੋਈ ਆਖੇ ਉਹਨਾਂ ਨੂੰ ਆਓ ਅੱਲਾ ਦੇ ਉਤਾਰੇ ਹੁਕਮ ਵੱਲ ਤੇ ਪੈਗੰਬਰ ਵੱਲ ਹਬੀਬ ਤੁਸੀਂ ਵੇਖਦੇ ਹੋ ਮੁਨਾਫਕਾਂ ਨੂੰ ਅਟਕਦੇ ਤੇਰੇ ਵੱਲੋਂ ਰੁਕ ਰੁਕ ਕੇ ਫਿਰ ਕੀ ਹਾਲ ਹੋਵੇਗਾ ਜਦ ਪਹੁੰਚੇਗੀ ਉਹਨਾਂ ਨੂੰ ਮੁਸੀਬਤ ਆਪਣੇ ਹੱਥਾਂ ਦੇ ਕੀਤੇ ਦੇ ਬਦਲੇ ਫਿਰ ਆਉਣਗੇ ਤੇਰੇ ਕੋਲ ਕਸਮਾਂ ਖਾਂਦੇ ਅੱਲਾ ਦੀਆਂ ਅਸਾਂ ਨਹੀਂ ਸੀ ਚਾਇਆ ਸਵਾਸ ਸਲੂਕ ਤੇ ਸੁਲਾ ਕਰਾਂ ਦੇ ਇਹ ਲੋਕ ਉਹ ਨੇ ਜਿਨ੍ਹਾਂ ਨੂੰ ਅੱਲਾ ਜਾਣਦਾ ਏ ਜੋ ਇਹਨਾਂ ਦੇ ਦਿਲਾਂ ਵਿੱਚ ਸੋ ਮੂੰ ਫੇਰ ਲੈ ਉਹਨਾਂ ਤੋਂ ਤੇ ਨਸੀਹਤ ਕਰ ਉਹਨਾਂ ਨੂੰ ਤੇ ਆਖ ਉਹਨਾਂ ਨੂੰ ਉਹਨਾਂ ਦੇ ਜੀਆਂ ਦੇ ਹੱਕ ਵਿੱਚ ਗੱਲ ਅਸਲ ਵਾਲੀ ਤੇ ਨਹੀਂ ਭੇਜਿਆ ਅਸਾਂ ਕੋਈ ਪੈਗੰਬਰ ਪਰ ਇਸ ਵਾਸਤੇ ਜੋ ਹੁਕਮ ਉਹਦਾ ਮੰਨਿਆ ਜਾਏ ਅੱਲਾ ਦੇ ਫਰਮਾਨ ਨਾਲ ਤੇ ਜਦ ਜ਼ੁਲਮ ਕੀਤਾ ਸੀ ਉਹਨਾਂ ਨੇ ਆਪਣੀਆਂ ਜਾਨਾਂ ਉੱਤੇ ਆਉਂਦੇ ਤੇਰੇ ਕੋਲ ਫਿਰ ਬਖਸ਼ਿਸ਼ ਮੰਗਦੇ ਅੱਲਾ ਤੋਂ ਤੇ ਬਖਸ਼ਿਸ਼ ਮੰਗਦਾ ਉਹਨਾਂ ਲਈ ਪੈਗੰਬਰ ਤਾਂ ਵੇਖ ਲੈਂਦੇ ਅੱਲਾ ਨੂੰ ਤੋਬਾ ਮੰਨਦਾ ਰਹਿਮ ਕਰਦਾ ਸੋ ਕਸਵੇਂ ਤੇਰੇ ਰੱਬ ਦੀ ਉਹ ਇਮਾਨਦਾਰ ਨਾ ਬਣਨਗੇ ਜਦ ਤੱਕ ਮਨਸਫ ਨਾ ਠਹਿਰਾਂਗੇ ਤੈਨੂੰ ਉਸ ਝਗੜੇ ਦਾ ਜੋ ਪਏ ਉਹਨਾਂ ਵਿੱਚ ਫੇਰ ਨਾ ਲਿਆਉਣਗੇ ਆਪਣੀ ਜੀਹਾਂ ਵਿੱਚ ਕੋਈ ਗੁੱਸਾ ਤੇਰੀ ਮਨਸਫੀ ਕਰਨ ਤੋਂ ਤੇ ਮੰਨ ਲੈਣ ਪੂਰਾ ਮੰਨਣਾ ਤੇ ਜੇ ਕਦੇ ਅਸੀਂ ਲਿਖਦੇ ਇਹ ਉਹਨਾਂ ਦੇ ਸਿਰ ਪਾਈ ਹਲਾਕ ਕਰੋ ਆਪਣੇ ਆਪ ਨੂੰ ਜਾਂ ਨਿਕਲ ਜਾਓ ਆਪਣੇ ਘਰਾਂ ਤੋਂ ਨਾਂ ਕਰਦੇ ਕੰਮ ਪਰ ਥੋੜੇ ਉਹਨਾਂ ਵਿੱਚੋਂ ਤੇ ਜੇ ਕਦੇ ਉਹ ਕਰਦੇ ਜਿਸ ਦੀ ਨਸੀਹਤ ਮਿਲਦੀ ਨਹੀਂ ਤਾਂ ਹੁੰਦਾ ਚੰਗਾ ਉਹਨਾਂ ਲਈ ਤੇ ਬੜੇ ਸਾਬਤ ਕਦਮ ਤੇ ਪੱਕੇ ਹੋਣਾ دین ਵਿੱਚ ਤੇ ਤਦ ਅਸੀਂ ਜ਼ਰੂਰ ਦਿੰਦੇ ਉਹਨਾਂ ਨੂੰ ਆਪਣੇ ਕੋਲੋਂ ਸਵਾਬ ਬੜਾ ਤੇ ਅਸੀਂ ਜ਼ਰੂਰ ਪਾਉਂਦੇ ਉਹਨਾਂ ਨੂੰ ਰਾਹ ਸਿੱਧੇ ਤੇ ਜਿਹੜਾ ਆਖੇ ਲੱਗੇਗਾ ਅੱਲਾ ਤੇ ਪੈਗੰਬਰ ਦੇ ਸੋ ਉਹਨਾਂ ਨਾਲ ਉਹਨਾਂ ਦੇ ਜਿਨ੍ਹਾਂ ਨੂੰ ਅੱਲਾ ਨੇ ਵਡਿਆਇਆ ਹੈ ਯਾਨੀ ਪੈਗੰਬਰ ਤੇ ਸਿੱਧਿਕ ਤੇ ਸ਼ਹੀਦ ਤੇ ਨੇਕੋਕਾਰ ਤੇ ਸੋਹਣੇ ਨੇ ਇਹ ਲੋਕ ਰਫੀਕ ਤੇ ਯਾਰ ਜੇ ਕਿਸੇ ਨੂੰ ਮਿਲ ਜਾਣ ਇਹ ਹੀ ਫਜ਼ਲ ਅੱਲਾ ਦਾ ਤੇ ਬਤੇਰਾ ਇਹ ਅੱਲਾ ਜਾਣਨ ਵਾਲਾ اے ایمان ਵਾਲਿਓ ਫੜੋ ਥਿਆਰ ਆਪਣੇ ਫਿਰ ਕੁਝ ਕਰੋ ਫੌਜ ਫੌਜ ਯਕ ਕੁਝ ਕਰੋ ਸਾਰੇ ਇਕੱਠੇ ਤੇ ਤੁਸਾਂ ਵਿੱਚੋਂ ਜ਼ਰੂਰ ਉਹ ਵੀ ਇਹ ਜਿਹੜਾ ਚਿਲਾ ਹੋ ਰਹਿੰਦਾ ਹੈ ਫਿਰ ਜੇ ਪਹੁੰਚੇ ਤੁਹਾਨੂੰ ਮੁਸੀਬਤ ਆਖਦਾ ਹੈ ਮੇਰੇ ਉੱਤੇ ਇਸ਼ਾਨ ਕੀਤਾ ਅੱਲਾ ਨੇ ਜੇ ਮੈਂ ਨਾ ਹੋਇਆ ਉਹਨਾਂ ਨਾਲ ਹਾਜ਼ਰ ਤੇ ਜੇ ਪਹੁੰਚੇ ਤੁਹਾਨੂੰ ਫਜ਼ਲ ਅੱਲਾ ਦਾ ਤਾਂ ਆਖਦਾ ਹੈ ਐਸਾ ਬਣ ਕੇ ਜਿਉਂ ਨਹੀਂ ਸੀ ਤੁਹਾਡੇ ਤੇ ਉਹਦੇ ਵਿੱਚ ਕੁਝ ਦੋਸਤੀ ਪਛੋਤਾਂਦਾ ਹੈ ਤੇ ਦੁਸ਼ਮਨਾ ਵਾਂਗੂ ਦੁੱਖ ਕਰਦਾ ਹੈ ਹਾਏ ਮੈਂ ਵੀ ਹੁੰਦਾ ਉਹਨਾਂ ਨਾਲ ਫਿਰ ਪਾਉਂਦਾ ਮੈਂ ਮੁਰਾਦ ਵੱਡੀ ਸੋਚਦਾ ਹੈ ਜੋ ਲੜਨ ਅੱਲਾ ਦੇ ਰਾਹ ਵਿੱਚ ਜਿਹੜੇ ਵੇਚਦੇ ਨੇ ਜੀਵਨਾਂ ਦੁਨੀਆ ਦਾ ਬਦਲੇ ਆਖਰਤ ਦੇ ਤੇ ਜਿਹੜਾ ਲੜੇਗਾ ਅੱਲਾ ਦੇ ਰਾਹ ਵਿੱਚ ਫਿਰ ਮਾਰਿਆ ਜਾਏਗਾ ਜਾਂ ਜਿੱਤ ਜਾਏਗਾ ਤਾਂ ਅਸੀਂ ਦੇਾਂਗੇ ਉਹਨੂੰ ਸਵਾਬ ਬੜਾ ਤੇ ਕੀ ਹੈ ਤੁਹਾਨੂੰ ਜੋ ਨਾ ਲੜੋ ਅੱਲਾ ਦੇ ਰਾਹ ਵਿੱਚ ਤੇ ਛੁਡਾਣੇ ਵਿੱਚ ਮਾਰਿਆਂ ਕਮਜ਼ੋਰਾਂ ਮਰਦਾਂ ਤੇ ਔਰਤਾਂ ਤੇ ਬੱਚਿਆਂ ਦੇ ਜਿਹੜੇ ਆਖਦੇ ਨੇ ਸਾਡੇ ਰੱਬਾ ਕੱਢ ਸਾਨੂੰ ਇਸ ਸ਼ਹਿਰੋਂ ਜਿਹਦੇ ਰਹਿਣ ਵਾਲੇ ਬੜੇ ਜ਼ਾਲਮ ਨੇ ਤੇ ਪੈਦਾ ਕਰ ਆਪਣੇ ਕੋਲੋਂ ਸਾਡਾ ਕੋਈ ਹਮਾਇਤੀ ਤੇ ਪੈਦਾ ਕਰ ਆਪਣੇ ਕੋਲੋਂ ਕੋਈ ਸਾਡਾ ਮਦਦ ਕਰਨ ਵਾਲਾ ਜਿਹੜੇ ਇਮਾਨ ਵਾਲੇ ਨੇ ਉਹ ਲੜਦੇ ਨੇ ਅੱਲਾ ਦੇ ਰਾਹ ਵਿੱਚ ਤੇ ਜਿਹੜੇ ਬੇਈਮਾਨ ਨੇ ਉਹ ਲੜਦੇ ਨੇ ਸ਼ੈਤਾਨ ਦੇ ਰਾਹ ਵਿੱਚ ਸੋ ਤੁਸੀਂ ਲੜੋ ਸ਼ੈਤਾਨ ਦੇ ਹਮਾਇਤੀਆਂ ਨਾਲ ਦਾ ਸ਼ੈਤਾਨ ਦਾ ਜ਼ਰੂਰੀ ਕਮਜ਼ੋਰ ਹੈ ਭਲਾ ਤੂੰ ਨਹੀਂ ਡਿਠਾ ਉਹਨਾਂ ਵੱਲ ਜਿਨ੍ਹਾਂ ਨੂੰ ਹੁਕਮ ਹੋਇਆ ਭਈ ਬੰਦ ਰੱਖੋ ਹੱਥ ਆਪਣੇ ਲੜਾਈਆਂ ਤੇ ਦਰੁਸਤ ਪੜੋ ਨਮਾਜ਼ ਤੇ ਦੇਓ ਜ਼ਕਾਤ ਫੇਰ ਜਦ ਹੁਕਮ ਲਿਖਿਆ ਗਿਆ ਉਹਨਾਂ ਉੱਤੇ ਲੜਾਈ ਦਾ ਤਦੋਂ ਹੀ ਇੱਕ ਟੋਲਾ ਉਹਨਾਂ ਵਿੱਚੋਂ ਡਰਦਾ ਹੈ ਲੋਕਾਂ ਤੋਂ ਅੱਲਾਹ ਤੋਂ ਡਰਨ ਵਾਂਗੂ ਜਾਂ ਉਸ ਤੋਂ ਵੀ ਬਧੇਰਾ ਡਰਨਾ ਤੇ ਆਖਿਓ ਨੇ ਸਾੜਿਆ ਰੱਬਾ ਕਿਉਂ ਲਿਖ ਦਿੱਤੋ ਇਹ ਸਾਡੇ ਸਿਰ ਹੁਕਮ ਲੜਾਈ ਦਾ ਕਿਉਂ ਨਾ ਢਿੱਲ ਦਿੱਤੀ ਹੋਈ ਸਾਨੂੰ ਥੋੜੀ ਮੁੱਦਤ ਤੱਕ ਹਬੀਬ ਤੁਸੀਂ ਆਖੋ ਦੁਨਿਆਵੀ ਵਰਤਨ ਥੋੜੀ ਏ ਤੇ ਆਖਰਤ ਚੰਗੀ ਏ ਉਹਦੇ ਲਈ ਜਿਹੜਾ ਬੱਚਾ ਤੇ ਤੁਹਾਡਾ ਹੱਕ ਨਾ ਮਾਰਿਆ ਜਾਏਗਾ ਜ਼ਰਾ ਵੀ ਜਿੱਥੇ ਕਿਤੇ ਵੀ ਹੋਵੋਗੇ ਆ ਫੜੇਗੀ ਤੁਹਾਨੂੰ ਮੌਤ ਭਾਵੇਂ ਤੁਸੀਂ ਹੋਵੋ ਬੁਰਜਾ ਪੱਕਿਆਂ ਵਿੱਚ ਤੇ ਜੇ ਪਹੁੰਚਿਆ ਉਹਨਾਂ ਨੂੰ ਕੁਝ ਭਲਾਈ ਆਖਦੇ ਨੇ ਇਹ ਅੱਲਾਹ ਕੋਲ ਹੋਏ ਤੇ ਜੇ ਪਹੁੰਚੀ ਉਹਨਾਂ ਨੂੰ ਕੁਝ ਬੁਰੀਾਈ ਆਖਦੇ ਨੇ ਇਹ ਪੈਗੰਬਰ ਕੋਲ ਹੋਏ ਹਬੀਬ ਤੁਸੀਂ ਆਖੋ ਸਭ ਅੱਲਾ ਕੋਲ ਹੋਏ ਫਿਰ ਕੀ ਹੋ ਗਿਆ ਇਹਨਾਂ ਲੋਕਾਂ ਨੂੰ ਨੇੜੇ ਨਹੀਂ ਆਉਂਦੇ ਜੋ ਸਮਝਣ ਗੱਲ ਨੂੰ ਐ ਇਨਸਾਨ ਜੋ ਪਹੁੰਚੀ ਤੈਨੂੰ ਕੁਝ ਭਲਾਈ ਸੋ ਅੱਲਾ ਵੱਲੋਂ ਹੈ ਤੇ ਜੋ ਪਹੁੰਚੀ ਤੈਨੂੰ ਕੁਝ ਬੁਰੀਾਈ ਸੋ ਤੇਰੇ ਆਪਣੇ ਅਮਲ ਵੱਲੋਂ ਹੈ ਤੇ ਭੇਜਿਆ ਹਸਾ ਤੈਨੂੰ ਲੋਕਾਂ ਲਈ ਹੁਕਮ ਪਹਚਾਣ ਨੂੰ ਤੇ ਬਤੇਰਾ ਇਹ ਅੱਲਗਵਾ ਜਿੰਨੇ ਹੁਕਮ ਮੰਨਿਆ ਪੈਗੰਬਰ ਦਾ ਉਹਨੇ ਜ਼ਰੂਰ ਹੁਕਮ ਮੰਨਿਆ ਅੱਲਾ ਦਾ ਤੇ ਜਿੰਨੇ ਮੂੰ ਮੋਲਿਆ ਤਾਂ ਨਹੀਂ ਭੇਜਿਆ ਅਸਾਂ ਤੈਨੂੰ ਉਹਨਾਂ ਉੱਤੇ ਰੱਖਾ ਤੇ ਆਖਦੇ ਨੇ ਹੁਕਮ ਮੰਨਿਆ ਫਿਰ ਜਦ ਬਾਹਰ ਜਾਂਦੇ ਨੇ ਤੇਰੇ ਕੋਲੋਂ ਰਾਤੀ ਸਲਾਹ ਕਰਦੇ ਨੇ ਕੁਝ ਲੋਗ ਉਹਨਾਂ ਵਿੱਚੋਂ ਖਲਾਫ ਹੋ ਉਸ ਗੱਲ ਦੇ ਜੋ ਤੂੰ ਆਖਣਾ ਹੈ ਤੇ ਅੱਲਾ ਲਿਖਦਾ ਹੈ ਜੋ ਸਲਾਹ ਕਰਦੇ ਨੇ ਸੋ ਤੂੰ ਮੂੰ ਮੋੜੋ ਨਾ ਤੋ ਤੇ ਪਰੋਸਾ ਕਾਰਾ ਲਾਉ ਤੇ ਤੇ ਬਤੇਰਾ ਹੈ ਅੱਲਾ ਕੰਮ ਬਣਾਉਣ ਵਾਲਾ ਕਿਉਂ ਫਿਰ ਗੌਰ ਨਹੀਂ ਕਰਦੇ ਕੁਰਾਨ ਵਿੱਚ ਤੇ ਜੇ ਕਦੇ ਹੁੰਦਾ ਅੱਲਾ ਦੇ ਸਿਵਾਹ ਹੋਰ ਹੀ ਦੇ ਕੋਲੋਂ ਤਾਂ ਦੇਖਦੇ ਉਸ ਵਿੱਚ ਉਲਟ ਪੁਲਟ ਬਹੁਤ ਤੇ ਜਦ ਆਵੇ ਉਹਨਾਂ ਕੋਲ ਕੋਈ ਗੱਲ ਅਮਨ ਦੀ ਜਾਂ ਖੌਫ ਦੀ ਮਸ਼ਹੂਰ ਕਰਦੇ ਨੇ ਉਹਨੂੰ ਤੇ ਜੇ ਕਦੇ ਪਹੁੰਚਾਉਂਦੇ ਉਸ ਨੂੰ ਪੈਗੰਬਰ ਵੱਲ ਤੇ ਆਪਣੇ ਵਿੱਚ ਦੇ ਕੰਮ ਵਾਲਿਆਂ ਵੱਲ ਤਾ ਮਾਲੂਮ ਕਰ ਲੈਂਦੇ ਉਸ ਨੂੰ ਜਿਹੜੇ ਉਹਨਾਂ ਵਿੱਚੋਂ ਉਸ ਦੀ ਚੋਣ ਕਰਨ ਵਾਲੇ ਨੇ ਤੇ ਜੇ ਕਦੇ ਨਾ ਹੁੰਦਾ ਫਜ਼ਲ ਅੱਲਾ ਦਾ ਤੁਸਾਂ ਉੱਤੇ ਤੇ ਮੈਂ ਰੋਦੀ ਤਾਂ ਮਗਰ ਲੱਗ ਟੁਰ ਜਿਓ ਸ਼ੈਤਾਨ ਦੇ ਪਰ ਥੋੜੇ ਸੋ ਤੂੰ ਲਾਲ ਅੱਲਾ ਦੇ ਰਾਹ ਵਿੱਚ ਤੇਰੀ ਜ਼ਿੰਮੇਵਾਰੀ ਨਹੀਂ ਪਰ ਆਪਣੀ ਜਾਨ ਦੀ ਤੇ ਹਲਾ ਤੇਰੀ ਦੇ ਈਮਾਨ ਵਾਲਿਆਂ ਨੂੰ ਉਮੀਦ ਹੈ ਅੱਲਾ ਜ਼ੋਰ ਤੋੜ ਦੇਗਾ ਕਾਫਰਾਂ ਦਾ ਤੇ ਅੱਲਾ ਸਖਤ ਦੋੜ ਵਾਲਾ ਹੈ ਤੇ ਸਖਤ ਸਜ਼ਾ ਦੇਣ ਵਾਲਾ ਹੈ ਜਿਹੜਾ ਸਫਾਰਿਸ਼ ਕਰੇ ਨੇਕ ਸਫਾਰਿਸ਼ ਹੋਵੇਗਾ ਉਹਦਾ ਹਿੱਸਾ ਉਸ ਵਿੱਚੋਂ ਤੇ ਜਿਹੜਾ ਸਫਾਰਿਸ਼ ਕਰੇ ਬੁਰੀ ਸਫਾਰਿਸ਼ ਹੋਵੇਗਾ ਉਹਦੇ ਸਿਰ ਪਰ ਉਸ ਵਿੱਚੋਂ ਤੇ ਅੱਲਾ ਦਾ ਹਰ ਕਿਸੇ ਉੱਤੇ ਵਸ ਚੱਲਦਾ ਹੈ ਤੇ ਜਦ ਤੁਹਾਨੂੰ ਕੋਈ ਦੁਆ ਦੇ ਤਾਂ ਤੁਸੀਂ ਵੀ ਦੁਆ ਦਿਓ ਉਦੋਂ ਸੋਹਣੀ ਯਾ ਹੋਈ ਪਰਤਾ ਦਿਓ ਅੱਲਾ ਜ਼ਰੂਰ ਹਰ ਚੀਜ਼ ਦਾ ਹਿਸਾਬ ਲੈਣ ਵਾਲਾ ਹੈ ਅੱਲਾ ਜੋ ਹੈ ਉਸ ਬਿਨ ਕਿਸੇ ਦੀ ਪੂਜਾ ਨਹੀਂ ਜ਼ਰੂਰ ਇਕੱਠਾ ਕਰੇਗਾ ਤੁਹਾਨੂੰ ਦਿਨ ਕਿਆਮਤ ਤੱਕ ਜਿਸ ਵਿੱਚ ਕੋਈ ਸ਼ੱਕ ਨਹੀਂ ਤੇ ਕਿਹਦੀ ਗੱਲ ਵਦੇਰੀ ਸੱਚੀ ਹੈ ਅੱਲਾ ਨਾਲੋਂ ਫਿਰ ਕੀ ਹੋ ਗਿਆ ਤੁਹਾਨੂੰ ਜੋ ਮਨਾਫਕਾਂ ਦੇ ਹੱਕ ਵਿੱਚ ਦੋ ਟੋਲੇ ਹੋ ਗਏ ਹੋ ਅੱਲਾ ਨੇ ਰੱਦ ਕੀਤਾ ਹੈ ਉਹਨਾਂ ਨੂੰ ਉਹਨਾਂ ਦੀ ਕਮਾਈ ਦੀ ਸ਼ੂਮੀ ਨਾਲ ਕਿਉਂ ਤੁਸੀਂ ਚਾਹਦੇ ਹੋ ਜੋ ਰਾਹ ਪਾਓ ਜਿਸ ਨੂੰ ਰਾਹ ਪੁਲਾਇਆ ਅੱਲਾ ਨੇ ਤੇ ਜਿਸ ਨੂੰ ਪਟਕਾਇਆ ਅੱਲਾ ਫਿਰ ਨਾ ਲੱਭੇਗਾ ਉਹਦੇ ਲਈ ਕੋਈ ਰਾਹ ਉਹ ਚਾਹਦੇ ਨੇ ਪਈ ਤੁਸੀਂ ਬੇਈਮਾਨ ਹੋ ਜਾਓ ਜਿਉਂ ਆਪ ਬੇਈਮਾਨ ਹੋਏ ਨੇ ਫਿਰ ਹੋ ਜਾਓ ਤੁਸੀਂ ਬਰਾਬਰ ਸੋ ਨਾ ਫੜੋ ਉਹਨਾਂ ਵਿੱਚੋਂ ਦੋਸਤ ਜਦ ਤੱਕ ਬਤਨ ਨਾ ਛੱਡ ਕੇ ਆ ਜਾਣ ਅੱਲਾ ਦੇ ਰਾਹ ਵਿੱਚ ਫਿਰ ਜੇ ਕਬੂਲ ਨਾ ਕਰਨ ਉਹਨਾਂ ਨੂੰ ਤੇ ਕਤਲ ਕਰੋ ਉਹਨਾਂ ਨੂੰ ਜਿੱਥੇ ਵੇਖੋ ਉਹਨਾਂ ਨੂੰ ਤੇ ਨਾ ਬਣਾਓ ਉਹਨਾਂ ਵਿੱਚੋਂ ਦੋਸਤ ਤੇ ਨਾ ਮਦਦਗਾਰ ਪਰ ਜਿਨ੍ਹਾਂ ਦਾ ਜੋੜ ਏ ਉਸ ਕੌਮ ਨਾਲ ਜਿਨ੍ਹਾਂ ਦੇ ਤੇ ਤੁਹਾਡੇ ਵਿੱਚ ਮਵਾਦਾ ਏ ਜਾਂ ਆ ਗਏ ਨੇ ਤੁਹਾਡੇ ਕੋਲ ਜਦ ਤੰਗ ਹੋ ਗਏ ਨੇ ਦਿਲੋਂ ਨਾ ਦੇ ਇਸ ਤੋਂ ਜੋ ਲੜਨ ਤੁਸੀਂ ਨਾਲ ਜਾਂ ਲੜਨ ਆਪਣੀ ਕੌਮ ਨਾਲ ਤੇ ਜੇ ਕਦੇ ਚਾਹਦਾ ਹਲਾ ਤਾਂ ਜ਼ੋਰ ਦੇਂਦਾ ਉਹਨਾਂ ਨੂੰ ਤੁਸੀਂ ਉੱਤੇ ਫੇਰ ਲੜਦੇ ਤੁਸਾਂ ਨਾਲ ਫੇਰ ਜੇ ਕਿਨਾਰਾ ਕਰਨ ਤੁਸਾਂ ਤੋਂ ਫੇਰ ਨਾ ਲੜਨ ਤੁਸਾਂ ਨਾਲ ਤੇ ਲਿਆਵਣ ਤੁਸਾਂ ਵੱਲ ਪੈਗਾਮ ਸੁਲਾਦਾ ਤਾਂ ਨਹੀਂ ਦਿੱਤਾ ਅੱਲਾ ਨੇ ਤੁਸਾਂ ਨੂੰ ਉਹਨਾਂ ਉਤੇ ਰਾ ਹੁਣ ਤੁਸੀਂ ਦੇਖੋਗੇ ਇੱਕ ਹੋਰਨਾਂ ਨੂੰ ਚਾਹਦੇ ਨੇ ਜੋ ਅਮਨ ਵਿੱਚ ਰਹਿਣ ਤੁਸਾਂ ਤੋਂ ਤੇ ਅਮਨ ਵਿੱਚ ਰਹਿਣ ਆਪਣੀ ਕੌਮ ਤੋਂ ਪਰ ਜਿਸ ਵਾਰੀ ਕੋਈ ਮੌਕਾ ਫਸਾਦ ਦਾ ਮਿਲੇ ਨੇ ਪਾਉ ਪੈਂਦੇ ਨੇ ਉਧਰੇ ਫੇਰ ਜੇ ਨਾ ਘਨਾਰਾ ਕਰਨ ਤੁਸੀਂ ਤੋਂ ਤੇ ਨਾ ਲਿਆਵਣ ਤੁਸੀਂ ਵੱਲ ਪੈਗਾਮ ਸੁਲਾ ਦਾ ਤੇ ਨਾ ਰੋਕਣ ਆਪਣੇ ਹੱਥਾਂ ਨੂੰ ਤਾਂ ਫੜੋ ਉਹਨਾਂ ਨੂੰ ਤੇ ਕਤਲ ਕਰੋ ਉਹਨਾਂ ਨੂੰ ਜਿੱਥੇ ਵੇਖੋ ਉਹਨਾਂ ਨੂੰ ਤੇ ਇਹੋ ਜੇ ਜਿੰਨਾ ਤੇ ਠਹਿਰਾ ਦਿੱਤੀ ਐ ਸੰਤ ਤੁਸਾਂ ਨੂੰ ਦਲੀਲ ਜ਼ਾਹਿਰ ਤੇ ਈਮਾਨ ਵਾਲਿਆਂ ਦਾ ਕੰਮ ਨਹੀਂ ਖੂਨ ਕਰਨਾ ਈਮਾਨ ਵਾਲਿਆਂ ਦਾ ਪਰ ਭੁੱਲ ਚੁੱਕ ਹੋ ਜਾਏ ਤੇ ਜਿਹਨੇ ਖੂਨ ਕੀਤਾ ਈਮਾਨ ਵਾਲਿਆਂ ਦਾ ਭੁੱਲ ਗਏ تاں چانا ہے ایک غلام مسلمان دے پر جو بہا معاف کر دینا پھر جے او سی, دشمنہ دی قوم بچوں. تے او سی. تاں چنا ہے ایک غلام مسلمان دا جی او اس او قوم بچوں جنہ دے بچ مددہ ہے تو خوان حوالے کرنا ادے ٹبر دے تے چھڑانا ایک غلام مسلمان دا پھر جس نو نہ جڑے تا روزے نے دو مہینے دے اتوڑی تی بخشاون لئی اللہ تو تے اللہ جان دا حکمت والا تے جڑا خون کرے گا مسلمان دا جان کے تا سزا ہو دی دوزخے سدا رہے گا ہوتے تے بڑے غصے ہویا ہے اللہ اوستے تے پھٹکا رہا ہونو تے تیار کیتا ہو دے لی عذاب و بڑا. ਐ ਇਮਾਨ ਵਾਲਿਓ ਜਦ ਤੁਸੀਂ ਸਫਰ ਤੇ ਜਾਓ ਜਿਹਾਦ ਖਾਤਰ ਅੱਲਾ ਦੇ ਰਾਹ ਵਿੱਚ ਤਾਂ ਗੱਲ ਦੀ ਪਕਿਆਈ ਕਰਿਆ ਕਰੋ ਤੇ ਨਾ ਆਖੋ ਉਸ ਨੂੰ ਜਿਹੜਾ ਆਖੇ ਤੁਸਾਂ ਨੂੰ ਸਲਾਮ ਅਲੈਕਮ ਭਈ ਤੂੰ ਇਮਾਨਦਾਰ ਨਹੀਂ ਜੇ ਤੁਸੀਂ ਢੂੰਡਦੇ ਹੋ ਅਸਬਾਬ ਜਿਉਣੇ ਦੁਨੀਆ ਦਾ ਸੋ ਅੱਲਾ ਕੋਲ ਬਹੁਤ ਮਾਲ ਹੈ ਇਹੋ ਜੇ ਤੁਸੀਂ ਖੁਦ ਵੀ ਐਸਾ ਹੋ ਪਹਿਲੇ ਫਿਰ ਇਸ਼ਾਨ ਕੀਤਾ ਅੱਲਾ ਨੇ ਤੁਸਾਂ ਉੱਤੇ ਸੋ ਗੱਲ ਦੀ ਪਕਿਆਈ ਕਰ ਲਿਆ ਕਰੋ ਅੱਲਾ ਨੂੰ ਜ਼ਰੂਰ ਖਬਰ ਹੈ ਜੋ ਕਰਦੇ ਹੋ ਬਰਾਬਰ ਨਹੀਂ ਵੇਲੇ ਬੈਠ ਰਹਿਣ ਵਾਲੇ ਈਮਾਨ ਵਾਲਿਆਂ ਵਿੱਚੋਂ ਤੇ ਲੜਨ ਵਾਲੇ ਅੱਲਾ ਦੇ ਰਾਹ ਵਿੱਚ ਆਪਣੇ ਮਾਲਾਂ ਤੇ ਆਪਣੀਆਂ ਜਾਨਾਂ ਨਾਲ ਸਵਾਬ ਬਦਨਨ ਦੇ ਦੁੱਖ ਵਾਲੇ ਦੇ ਵਡਿਆਈ ਦਿੱਤੀ ਅੱਲਾ ਨੇ ਤੇ ਦਰਜਾ ਆਪਣੇ ਮਾਲਾਂ ਤੇ ਆਪਣੀਆਂ ਜਾਨਾਂ ਨਾਲ ਲੜਨ ਵਾਲਿਆਂ ਨੂੰ ਬੈਠ ਰਹਿਣ ਵਾਲਿਆਂ ਦੇ ਉੱਤੇ ਤੇ ਹਰ ਇੱਕ ਨੂੰ ਵਾਦਾ ਦਿੱਤਾ ਹੈ ਅੱਲਾ ਨੇ ਭਲਾਈ ਦਾ ਕਿ ਬੜੀ ਆਈ ਦਿੱਤੀ ਅੱਲਾ ਨੇ ਲੜਨ ਵਾਲਿਆਂ ਨੂੰ ਬੈਠੇ ਰਹਿਣ ਵਾਲਿਆਂ ਉੱਤੇ ਤੇ ਨਾਲੇ ਸਵਾਬ ਬੜਾ ਦਰਜਿਆਂ ਨਾਲ ਆਪਣੇ ਕੋਲੋਂ ਤੇ ਬਖਸ਼ਿਸ਼ ਤੇ ਮਿਹਰ ਨਾਲ ਤੇ ਹੈ ਅੱਲਾ ਬਖਸ਼ਨਹਾਰ ਮਿਹਰਬਾਨ ਜਿਨ੍ਹਾਂ ਦੀ ਜਾਨ ਕੱਢੀ ਫਰਿਸ਼ਤਿਆਂ ਨੇ ਜ਼ੁਲਮ ਕਰਦਿਆਂ ਦੀ ਆਪਣੇ ਜਾਨਾਂ ਉੱਤੇ ਆਖਿਓ ਨੇ ਤੁਸੀਂ ਕਿਸ ਹਾਲ ਵਿੱਚ ਸੌ ਆਖਣ ਲੱਗੇ ਅਸੀਂ ਕਮਜ਼ੋਰ ਤੇ ਮਜਬੂਰ ਸੌ ਉਹਨਾਂ ਦੇ ਮੁਲਕ ਵਿੱਚ ਆਖੋ ਨੇ ਭਲਾ ਨਹੀਂ ਸੀ ਜ਼ਮੀਨ ਅੱਲਾ ਦੀ ਖੁੱਲੀ ਤਾਂ ਤੁਸੀਂ ਵਤਨ ਛੱਡ ਕੇ ਜਾਂਦੇ ਉੱਥੇ ਸੋ ਉਹੋ ਨੇ ਜਿਨ੍ਹਾਂ ਦਾ ਟਿਕਾਣਾ ਦੋਜ਼ਖੇ ਤੇ ਬੁੜੀ ਜਗ੍ਹਾ ਪਹੁੰਚਣੇ ਦੀ ਪਰ ਕਮਜ਼ੋਰ ਮਰਦ ਤੇ ਔਰਤਾਂ ਤੇ ਬੱਚੇ ਜੋ ਨਹੀਂ ਕਰ ਸਕਦੇ ਕੋਈ ਹਿਲਾ ਤੇ ਨਹੀਂ ਜਾਣਦੇ ਨਿਕਲਣ ਦੀ ਰਾਹ ਉੱਥੋਂ ਸੋ ਇਹ ਲੋਕ ਨੇ ਉਮੀਦ ਹੈ ਜੋ ਅੱਲਾ ਮਾਫ ਕਰੇ ਇਹਨਾਂ ਨੂੰ ਤੇ ਹੈ ਅੱਲਾ ਮਾਫ ਕਰਨ ਵਾਲਾ ਪਰਦਾ ਟੱਕਣ ਵਾਲਾ ਤੇ ਜਿਹੜਾ ਵਤਨ ਛੱਡੇਗਾ ਅੱਲਾ ਦੇ ਰਾਵਿਚ ਉਹਨੂੰ ਲੱਭ ਪੈਗੀ ਮੁਲਕ ਵਿੱਚ ਜਗ੍ਹਾ ਬਹੁਤ ਤੇ ਖੁਸ਼ائش ਵੀ ਤੇ ਜਿਹੜਾ ਨਿਕਲੇ ਆਪਣੇ ਘਰੋਂ ਵਤਨ ਛੱਡ ਕੇ ਅੱਲਾ ਤੇ ਉਹਦੇ ਪੈਗੰਬਰ ਵੱਲ ਫਿਰ ਆ ਫੜੇ ਉਹਨੂੰ ਮੌਤ ਤਾਂ ਠਹਿਰ ਚੁੱਕਾ ਸਵਾਬ ਉਹਦਾ ਅੱਲਾ ਦੇ ਜ਼ਿੰਮੇ ਤੇ ਅੱਲਾ ਬਖਸ਼ਣਹਾਰ ਮਿਹਰਬਾਨ ਹੈ ਤੇ ਜਦ ਤੁਸੀਂ ਸਫ਼ਰ ਕਰੋ ਮੁਲਕ ਵਿੱਚ ਤਾਂ ਨਹੀਂ ਤੁਹਾਡੇ ਸਿਰ ਕੁਝ ਗੁਨਾਹ ਜੋ ਕੁਝ ਕਟਾ ਦਿਓ ਨਮਾਜ਼ ਵਿੱਚੋਂ ਜੇ ਤੁਸੀਂ ਡਰੋ ਜੋ ਸਤਾਮਨ ਕੇ ਤੁਹਾਨੂੰ ਬੇਈਮਾਨ ਲੋਕ ਬੇਈਮਾਨ ਜ਼ਰੂਰ ਹਨ ਤੁਹਾਡੇ ਦੁਸ਼ਮਣ ਖੁੱਲੇ ਐ ਹਬੀਬ ਜੰਗ ਦੀ ਹਾਲਤ ਵਿੱਚ ਜਦ ਤੁਸੀਂ ਹੋਵੋ ਉਹਨਾਂ ਵਿੱਚ ਫਿਰ ਪੜਾਣ ਲੱਗੋ ਉਹਨਾਂ ਨੂੰ ਨਮਾਜ਼ ਤਾਂ ਚਾਹੀਦਾ ਹੈ ਜੇ ਖਲੋਵੇ ਇੱਕ ਟੋਲਾ ਉਹਨਾਂ ਵਿੱਚੋਂ ਨਾਲ ਤੇਰੇ ਤੇ ਚਾਹੀਦਾ ਹੈ ਜੋ ਪਕੜਨ ਹਥਿਆਰ ਆਪਣੇ ਫੇਰ ਜਦ ਸਜਦਾ ਕਰ ਚੁੱਕਣ ਤਾਂ ਹੋ ਜਾਣ ਪਿੱਛੇ ਤੁਹਾਡੇ ਤੇ ਆ ਜਾ ਟੋਲਾ ਦੂਜਾ ਜਿੰਨਾ ਨਹੀਂ ਪੜੀ ਨਮਾਜ਼ ਫੇਰ ਪੜਨ ਨਾਲ ਤੇਰੇ ਤੇ ਚਾਹੀਦਾ ਜੋ ਫੜਨ ਬਚਾ ਆਪਣਾ ਤੇ ਹਿਸ਼ਿਆਰ ਆਪਣੇ ਚਾਹਦੇ ਨੇ ਬਈਮਾਨ ਕਿਸੇ ਤਰ੍ਹਾਂ ਤੁਸੀਂ ਬੇਖਬਰ ਹੋ ਜਾਓ ਆਪਣੇ ਹਥਿਆਰਾਂ ਤੇ ਆਪਣੇ ਸੁਆਬ ਤੋਂ ਫੇਰ ਪੈ ਜਾਣ ਤੁਸਾਂ ਉੱਤੇ ਇੱਕੋ ਤਵਾ ਕਰਕੇ ਤੇ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਜੇ ਤਕਲੀਫ ਮਹਿਸੂਸ ਕਰੋ بارش ਦੇ ਯਾ ਬਿਮਾਰ ਹੋਵੋ ਤਾਂ ਲਾ ਰੱਖੋ ਥਿਆਰ ਆਪਣੇ ਤੇ ਫਿਰ ਵੀ ਫਲੋ ਬਚਾ ਆਪਣਾ ਅੱਲਾ ਨੇ ਜ਼ਰੂਰ ਕੀਤਾ ਹੈ ਬੇਈਮਾਨਾ ਲਈ ਅਜ਼ਾਬ ਖੁਆਰੀ ਦਾ ਫਿਰ ਜਦ ਅਦਾ ਕਰ ਚੁਕੋ ਤੁਸੀਂ ਨਮਾਜ਼ ਤਾਂ ਯਾਦ ਕਰੋ ਅੱਲਾ ਨੂੰ ਖਲੋਤੇ ਤੇ ਬੈਠੇ ਤੇ ਆਪਣੇ ਪਾਸਿਆਂ ਪਰਨੇ ਫਿਰ ਜਦ ਤੁਸੀਂ ਆਰਾਮ ਵਿੱਚ ਹੋਵੋ ਤਾਂਦਰੁਸਤ ਪੜੋ ਨਮਾਜ਼ ਨਮਾਜ਼ ਜ਼ਰੂਰ ਹੈ ਲਾਜ਼ਮ ਇਮਾਨਦਾਰਾਂ ਦੇ ਜ਼ਿੰਮੇ ਲਿਖੀ ਹੋਈ ਵਕਤ ਕੱਢ ਕੇ ਵੀ ਤੇ ਨਾਸੂਸਤ ਹੋ ਜਾਓ ਦੁਸ਼ਮਨ ਦੇ ਪਿੱਛਾ ਕਰਨ ਵਿੱਚ ਜੇ ਤੁਹਾਨੂੰ ਤਕਲੀਫ ਹੈ ਤਾਂ ਉਹਨਾਂ ਨੂੰ ਵੀ ਤਕਲੀਫ ਹੈ ਤੁਹਾਡੇ ਵਾਂਗਰ ਤੇ ਤੁਸੀਂ ਉਮੀਦ ਰੱਖਦੇ ਹੋ ਅੱਲਾਹ ਤੋਂ ਜਿਸ ਗੱਲ ਦੀ ਉਹ ਨਹੀਂ ਉਮੀਦ ਰੱਖਦੇ ਤੇ ਅੱਲਾਹ ਜਾਣਦਾ ਹਕਮਤ ਵਾਲਾ ਅਸਾਂ ਉਤਾਰੀਏ ਤੇਰੇ ਵੱਲ ਕਿਤਾਬ ਨਾਲ ਸੱਚ ਦੇ ਤਾਂ ਤੂੰ ਇਨਸਾਫ ਕਰੀਂ ਲੋਕਾਂ ਵਿੱਚ ਜੋ ਸਮਝਾਏ ਤੈਨੂੰ ਅੱਲਾਹ ਤੇ ਤੂੰ ਨਾ ਕਰੀਂ ਧੋਖੇਬਾਜ਼ਾਂ ਦੀ ਤਰਫਦਾਰੀ ਕਿ ਬਖਸ਼ਿਸ਼ ਮੰਗ ਲਾ ਤੂੰ ਅੱਲਾ ਜ਼ਰੂਰ ਬਖਸ਼ਨਾਰ ਮਿਹਰਬਾਨ ਹੈ ਨਾ ਝਗੜੋ ਉਹਨਾਂ ਦੀ ਤਰਫੋਂ ਜੋ ਦਗਾ ਰੱਖਦੇ ਨੇ ਆਪਣੇ ਦਿਲਾਂ ਵਿੱਚ ਅੱਲਾ ਨੂੰ ਜ਼ਰੂਰ ਨਹੀਂ ਭਾਉਂਦਾ ਜੋ ਹੋਵੇ ਧੋਕੇ ਪਾਜ਼ ਪਾਪੀ ਲੋਕਾਂ ਦੇ ਨੇ ਲੋਕਾਂ ਤੋਂ ਤੇ ਨਹੀਂ ਛੁਪਾ ਸਕਦੇ ਅੱਲਾ ਤੋਂ ਤੇ ਉਹ ਨਾ ਲੈ ਉਹਨਾਂ ਦੇ ਜਦ ਰਾਤੀ ਸਲਾਹ ਕਰਦੇ ਨੇ ਜੋ ਬਾਤ ਪਸੰਦ ਨਹੀਂ ਖੁਦਾ ਨੂੰ ਤੇ ਅੱਲਾ ਦੇ ਕਾਬੂ ਵਿੱਚ ਜੋ ਕਰਦੇ ਨੇ ਸੁੰਦੇ ਹੋ ਤੁਸੀਂ ਲੋਕ ਉਹ ਜੋ ਝਗੜ ਚੁਕੇ ਹੋ ਉਹਨਾਂ ਵੱਲੋਂ ਦੁਨੀਆ ਦੇ ਜੀਉਂਦਿਆਂ ਪਰ ਕੌਣ ਝਗੜੇਗਾ ਅੱਲਾ ਨਾਲ ਉਹਨਾਂ ਵੱਲੋਂ ਦਿਨ ਕਿਆਮਤ ਦੇ ਯਾ ਕੌਣ ਹੋਵੇਗਾ ਉਹਨਾਂ ਦਾ ਕੰਮ ਬਣਾਉਣ ਵਾਲਾ ਜਿਹੜਾ ਕਰੇ ਬੁਰਾਈ ਯਾ ਜ਼ੁਲਮ ਕਰੇ ਆਪਣੀ ਜਾਨ ਉੱਤੇ ਫੇਰ ਬਖਸ਼ਵਾਏ ਅੱਲਾ ਤੋਂ ਵੇਖ ਲਏਗਾ ਅੱਲਾ ਨੂੰ ਬਖਸ਼ਣਹਾਰ ਮਿਹਰਬਾਨ ਜਿਹੜਾ ਕਮਾਏ ਪਾਪ ਸੋ ਉਹ ਕਮਾਉਂਦਾ ਜਿਹੜਾ ਆਪਣੀ ਜਾਨ ਉੱਤੇ ਤੇ ਅੱਲਾ ਜਾਣਦਾ ਹਕਮਤ ਵਾਲਾ ਏ ਜਿਨੇ ਕੀਤੀ ਤਕਸੀਰ ਜਾਂ ਪਾਪ ਫਿਰ ਨਾ ਲਾਈ ਉਹ ਬੇਗੁਨਾਹ ਦੇ ਤਾਂ ਉਸਨੇ ਚੁੱਕਿਆ ਭਾਰ ਤੁਮਤ ਤੇ ਪਾਪ ਦਾ ਖੁੱਲਾ ਹਬੀਰ ਜੇ ਕਦੇ ਨਾ ਹੁੰਦਾ ਫਜ਼ਲ ਅੱਲਾ ਦਾ ਤੇਰੇ ਉੱਤੇ ਤੇ ਮੇਰੋ ਦੀ ਤਾਂ ਨੀਅਤ ਬੱਦੀ ਸੀ ਇੱਕ ਟੋਲੇ ਨੇ ਉਹਨਾਂ ਵਿੱਚੋਂ ਜੋ ਪੁਲਾ ਦੇਣ ਤੈਨੂੰ ਤੇ ਨਹੀਂ ਪੁਲਾ ਸਕਦੇ ਪਰ ਆਪਣੇ ਆਪ ਤੋਂ ਤੇ ਨਹੀਂ ਵਿਗਾੜ ਸਕਦੇ ਤੇਰਾ ਕੁਝ ਵੀ ਤੇ ਉਤਾਰੇ ਅੱਲਾ ਨੇ ਤੇਰੇ ਉੱਤੇ ਕੁਰਾਨ ਤੇ ਹਕਮਤ ਤੇ ਸਿਖਾਇਆ ਤੈਨੂੰ ਜੋ ਤੂੰ ਨਹੀਂ ਸੇ ਜਾਣਦਾ ਤੇ ਫਜ਼ਲ ਅੱਲਾ ਦਾ ਤੇਰੇ ਉੱਤੇ ਬੜਾ ਏ ਕੁਝ ਭਲਾਈ ਨਹੀਂ ਬਹੁਤੀਆਂ ਲਗਾਈਆਂ ਸਲਾਵਾਂ ਲੋਕਾਂ ਦੀਆਂ ਵਿੱਚ ਪਰ ਜਿੰਨੇ ਹੁਕਮ ਕੀਤਾ ਖੈਰਾਤ ਦਾ ਜਾਂ ਨੇਕੀ ਦਾ ਜਾਂ ਸੁਲ੍ਹਾ ਕਰਨ ਦਾ ਲੋਕਾਂ ਦੇ ਮਾਮਲਤ ਵਿੱਚ ਤੇ ਜਿਹੜਾ ਕਰੇਗਾ ਇਹ ਕੰਮ ਅੱਲਾ ਦਾ ਰਾਜ਼ੀਨਾਮਾ ਚਾਕੇ ਸੋ ਅਗੋਂ ਅਸੀਂ ਦੇਾਂਗੇ ਉਹਨੂੰ ਸਵਾਬ ਬੜਾ کہ جڑا پٹ کرے گا پیغمبر دا پچھے ایس دے جو ظاہر ہو چکی انہوں را دی خبر ہے کہ ٹورے گا سارے مسلمانہ دے را دے سوا اسی انہوں حوالے کرنگے اسے را دے جد رو پویا ہے تے پاوا گی انہوں دوزخ بچے تے کئی بری جگہ ہے موڑ جان دی اللہ ضرور نہیں بخش دا جو شریک کرے اس نال کسے نو تے بخش دا ہے جو اے دے سوا گناہ نے جے چاہوے ਤੇ ਸ਼ਰੀਕ ਕੀਤਾ ਹੈ ਅੱਲਾ ਨਾਲ ਜਿਸ ਨੇ ਉਹ ਜ਼ਰੂਰ ਭੁੱਲ ਗਿਆ ਹੈ ਰਾਂ ਭੁੱਲਣਾ ਦੂਰ ਦਾ ਉਹ ਅੱਲਾ ਨੂੰ ਛੱਡ ਕੇ ਦੇਵੀਆਂ ਦੀ ਪੂਜਾ ਕਰਦੇ ਨੇ ਤੇ ਇਬਾਦਤ ਕਰਦੇ ਨੇ ਸਿਰਫ ਸ਼ੈਤਾਨ ਨਾ ਮੁਰਾਦ ਦੀ ਸ਼ੈਤਾਨ ਜਿਸ ਨੂੰ ਫਟਕਾਰਿਆ ਅੱਲਾ ਨੇ ਤੇ ਉਸ ਨੇ ਆਖਿਆ ਮੈਂ ਜ਼ਰੂਰੀ ਫੜਾਂਗਾ ਤੇਰੇ ਬੰਦਿਆਂ ਵਿੱਚੋਂ ਹਿੱਸਾ ਆਪਣਾ ਠਹਿਰਾਇਆ ਹੋਇਆ ਤੇ ਮੈਂ ਜ਼ਰੂਰੀ ਰਾਹ ਮਾਰਾਂਗਾ ਉਹਨਾਂ ਦਾ ਤੇ ਜ਼ਰੂਰ ਹੀ ਇਸ ਵਿੱਚ ਪਾਵਾਂਗਾ ਉਹਨਾਂ ਨੂੰ ਤੇ ਜ਼ਰੂਰ ਹੁਕਮ ਕਰਾਂਗਾ ਉਹਨਾਂ ਨੂੰ ਫਿਰ ਜ਼ਰੂਰ ਚਿਰਨਗੇ ਕੰਨ ਚੌਕਰਾਂ ਦੇ ਤੇ ਜ਼ਰੂਰ ਹੁਕਮ ਕਰਾਂਗਾ ਉਹਨਾਂ ਨੂੰ ਫਿਰ ਜ਼ਰੂਰ ਬਦਲ ਦੇਣਗੇ ਅੱਲਾਹ ਦੀ ਬਣਾਈ ਸ਼ਕਲ ਨੂੰ ਤੇ ਜਿੰਨੇ ਬਣਾਇਆ ਸ਼ੈਤਾਨ ਨੂੰ ਦੋਸਤ ਆਪਣਾ ਸਿਵਾ ਅੱਲਾਹ ਦੇ ਉਹਨੇ ਜ਼ਰੂਰ ਕਾਟਾ ਖਾਦਾ ਹੈ ਖੁੱਲਾ ਕਾਟਾ ਸ਼ੈਤਾਨ ਵਾਦਾ ਦਿੰਦਾ ਉਹਨਾਂ ਨੂੰ ਤੇਰਸਾਂ ਵਿੱਚ ਪਾਉਂਦਾ ਉਹਨਾਂ ਨੂੰ ਤੇ ਨਹੀਂ ਵਾਦਾ ਦਿੰਦਾ ਉਹਨਾਂ ਨੂੰ ਸ਼ੈਤਾਨ ਪਰ ਤੋਖੇ ਫਰੇਬ ਦਾ ਇਹੋ ਨੇ ਜਿਨ੍ਹਾਂ ਦਾ ਟਿਕਾਣਾ ਹੈ ਦੋਜ਼ਖ ਤੇ ਨਾ ਮਿਲੇਗੀ ਉਥੋਂ ਨਸਣ ਦੀ ਜਗਾ ਤੇ ਜਿਨ੍ਹਾਂ ਮੰਨਿਆ ਤੇ ਕੀਟੀਆਂ ਨੇ ਭਲਾਈਆਂ ਅਸੀਂ ਭਾਵਾਂਗੇ ਉਹਨਾਂ ਨੂੰ ਬੇਸ਼ਤਾਂ ਵਿੱਚ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉਥੇ ਸਾਰੀ ਉਮਰਾਂ ਵਾਦਾ ਹੈ ਇਹ ਅੱਲਾ ਦਾ ਸੱਚਾ ਤੇ ਕਿਹਦੀ ਗੱਲ ਵਧੇਰੀ ਸੱਚੀ ਅੱਲਾ ਨਾਲੋਂ ਨਹੀਂ ਹੈ ਗੱਲ ਮੁਆਫਕ ਤੁਹਾਡੀਆਂ ਹਿਰਸਾਂ ਤੇ ਨਾ ਕਿਤਾਬ ਵਾਲਿਆਂ ਦੀਆਂ ਹਿਰਸਾਂ ਦੇ ਜਿਹੜਾ ਕਰੇਗਾ ਬੁਰੀਾਈ ਉਹਦੀ ਸਜ਼ਾ ਪਾਵੇਗਾ ਤੇ ਨਾ ਦੇਖੇਗਾ ਸਵਾਹ ਅੱਲਾ ਦੇ ਆਪਣਾ ਕੋਈ ਹਮਾਇਤੀ ਤੇ ਨਾ ਮਦਦਗਾਰ ਤੇ ਜਿਹੜਾ ਕਰੇਗਾ ਕੁਝ ਪਲਿਆਈਆਂ ਮਰਦ ਹੋਵੇ ਜਾਂ ਔਰਤ ਨਾਲੇ ਉਹ ਈ ਇਮਾਨਦਾਰ ਸੋ ਇਹੋ ਲੋਕ ਜਾਣਗੇ ਬੇਇਸਤ ਵਿੱਚ ਤੇ ਹੱਕ ਨਾ ਰਹਿ ਜਾਏਗਾ ਇੱਕ ਜ਼ਰਾ ਵੀ ਉਹਨਾਂ ਦਾ ਤੇ ਕਿਹਦਾ دین ਵਧੇਰਾ ਸੁਣਾਏ ਉਸ ਨਾਲੋਂ ਜਿਸ ਤਰ੍ਹਾਂ ਮੂੰਹ ਆਪਣਾ ਅੱਲਾ ਦੇ ਹੁਕਮ ਉਤੇ ਤੇ ਉਹ ਨੇਕ ਬਖਤ ਤੇ ਟੁਰਿਆ ਇਬਰਾਹੀਮ ਦੇ دین ਉਤੇ ਜੋ ਇੱਕ ਵੱਲਾ ਹੈ ਤੇ ਪਗੜਿਆ ਸੀ ਅੱਲਾ ਨੇ ਇਬਰਾਹੀਮ ਨੂੰ ਆਪਣਾ ਦੋਸਤ ਅੱਲਾ ਹੀ ਦਾ ਹੈ ਜੋ ਕੁਝ ਹੈ ਅਸਮਾਨਾਂ ਵਿੱਚ ਤੇ ਜੋ ਕੁਝ ਜ਼ਮੀਨ ਵਿੱਚ ਤੇ ਹੈ ਅੱਲਾ ਨੇ ਹਰ ਚੀਜ਼ ਕਾਬੂ ਕੀਤੀ ਹੋਈ ਹਬੀਬ ਤੇ ਫਤਵਾ ਮੰਗਦੇ ਨੇ ਤੈਥੋਂ ਔਰਤਾਂ ਦੇ ਹੱਕ ਵਿੱਚ ਤੂੰ ਆਖ ਅੱਲਾ ਫਤਵਾ ਦਿੰਦਾ ਤੁਹਾਨੂੰ ਉਹਨਾਂ ਦੇ ਹੱਕ ਵਿੱਚ ਤੇ ਉਹ ਹੁਕਮ ਵੀ ਜੋ ਪੜਿਆ ਜਾਂਦਾ ਤੁਸੀਂ ਅੱਗੇ ਕਿਤਾਬ ਵਿੱਚ ਯਾਨੀ ਉਹ ਆਕਾਮ ਜਿਹੜੀ ਯਤੀਮ ਲੜਕੀਆਂ ਦੇ ਮੁਤਲਕ ਨੇ ਜਿਨ੍ਹਾਂ ਨੂੰ ਨਹੀਂ ਦਿੰਦੇ ਉਹ ਹੱਕ ਉਹਨਾਂ ਦੇ ਜੋ ਕੁਝ ਲਿਖਿਆ ਗਿਆ ਉਹਨਾਂ ਲਈ ਤੇ ਜੀ ਕਰਦਾ ਜੇ ਨਿਕਾਹ ਕਰ ਲੈਣ ਨੂੰ ਉਹਨਾਂ ਨਾਲ ਤੇ ਆਕਾਮ ਜਿਹੜੇ ਕਮਜ਼ੋਰ ਬੱਚੀਆਂ ਦੇ ਮੁਤਲਕ ਨੇ ਨਾਲੇ ਹੁਕਮ ਹੈ ਤੁਹਾਨੂੰ ਜੇ ਖਲੋਤੇ ਰਹੋ ਯਤੀਮਾਂ ਲਈ ਇਨਸਾਫ ਉਤੇ ਤੇ ਜੋ ਨੇਕੀ ਕਰੋਗੇ ਸੋ ਅੱਲਾਹ ਨੂੰ ਜ਼ਰੂਰ ਜਾਣਦਾ ਹੈ ਤੇ ਜੇ ਕੋਈ ਔਰਤ ਡਰੇ ਆਪਣੇ ਖਸਮ ਦੀ ਬਦਸਲੂਕੀਆਂ ਹੋ ਜਾਂ ਬੇਰੁਖੀਆਂ ਜਾਂ ਜੀ ਫਿਰ ਜਾਣੋ ਤਾਂ ਨਹੀਂ ਕੁਝ ਗੁਨਾਹ ਉਹਨਾਂ ਦੇ ਸਿਰ ਜੋ ਕਰ ਲੈਣਾ ਆਪਣੇ ਵਿੱਚ ਕਿਸੇ ਤਰ੍ਹਾਂ ਦੀ ਸੁਲਾ ਤੇ ਸੁਲਾ ਚੰਗੀ ਹੈ ਤੇ ਸਾਹਮਣੇ ਕਰ ਦਿੱਤਾ ਹੈ ਜੀਆਂ ਨੂੰ ਲੋਭ ਦੇ ਤੇ ਜੇ ਸਲੂਕ ਕਰੋਗੇ ਤੇ ਬਚੋਗੇ ਤਾਂ ਅੱਲਾਹ ਨੂੰ ਜ਼ਰੂਰ ਖਬਰ ਹੈ ਜੋ ਕਰਦੇ ਹੋ ਤੇ ਤੁਸਾਂ ਤੋਂ ਪੁੱਝ ਨਹੀਂ ਆਉਣਾ ਜੋ ਬਰਾਬਰ ਜਾਣੋ ਬੀਵੀਆਂ ਨੂੰ ਭਾਵੇਂ ਤੁਸੀਂ ਸ਼ੌਕ ਪੈ ਕਰੋ ਸੋਚ ਝੁਕ ਨਾ ਪਾਓ ਇੱਕੋ بیوی ਵੱਲ ਸਾਰਾ ਝੁਕ ਪੈਣਾ ਤੇ ਛੱਡ ਦਿਓ ਦੂਸਰੀ ਨੂੰ ਅਧ ਵਿਚਾਰ ਲਮਕਦੀ ਜੇ ਨਾ ਆਪ ਵਸਾਏ ਤੇ ਨਾ ਛੱਡੇ ਜੇ ਹੋਰ ਨਕਾ ਕਰ ਸਕੇ ਤੇ ਜੇ ਤੁਸੀਂ ਸਵਾਰੋਗੇ ਤੇ ਬਚੋਗੇ ਤਾਂ ਅੱਲਾ ਜ਼ਰੂਰ ਹੀ ਬਖਸ਼ਨਾਰ ਮਿਹਰਬਾਨ ਹੈ ਤੇ ਜੇ ਮੀਆਂ بیوی ਦੋਵੇਂ ਜੁਦਾ ਜੁਦਾ ਹੋ ਜਾਣਗੇ ਤਾਂ ਲੋੜ ਪੂਰੀ ਕਰ ਦੇਗਾ ਅੱਲਾਹ ਹਰ ਇੱਕ ਦੀ ਆਪਣੀ ਕੋਸ਼ਿਸ਼ ਵਿੱਚੋਂ ਤੇ ਹੈ ਅੱਲਾਹ ਕੋਸ਼ਿਸ਼ ਵਾਲਾ ਹਕਮਤ ਵਾਲਾ ਤੇ ਅੱਲਾਹ ਹੀ ਦਾਏ ਜੋ ਕੁਝ ਆਸਮਾਨਾਂ ਵਿੱਚ ਤੇ ਜੋ ਕੁਝ ਜ਼ਮੀਨ ਵਿੱਚ ਤੇ ਜ਼ਰੂਰ ਤਾਕੀਦ ਕੀਤੀ ਆ ਸਾ ਉਹਨਾਂ ਨੂੰ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਪਹਿਲੇ ਤੁਹਾਡੇ ਨਾਲੇ ਤੁਸਾਂ ਨੂੰ ਵੀ ਭੈ ਡਰੋ ਅੱਲਾਹ ਤੋਂ ਤੇ ਜੇ ਤੁਸੀਂ ਨਹੀਂ ਮੰਨਦੇ ਨਾ ਮੰਨੋ ਤਾਂ ਅੱਲਾਹ ਹੀ ਦਾਏ ਜੋ ਕੁਝ ਆਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਤੇ ਹੈ ਅੱਲਾ ਬੇਪਰਵਾਹ ਸਲਾਇਆ ਹੋਇਆ ਹਾਂ ਅੱਲਾ ਹੀ ਦਾ ਹੈ ਜੋ ਕੁਝ ਅਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਤੇ ਬਤੇਰਾ ਹੈ ਅੱਲਾ ਕੰਮ ਬਣਾਉਣ ਵਾਲਾ ਜੇ ਚਾਵੇ ਫਨਾ ਕਰ ਦੇ ਤੁਹਾਨੂੰ ਐ ਲੋਕੋ ਤੇ ਲਿਆਵੇ ਹੋਰ ਤੁਹਾਡੀ ਥਾਂ ਤੇ ਹੈ ਅੱਲਾ ਦਾ ਇਸ ਉੱਤੇ ਵਸ ਚੱਲਦਾ ਜਿਹੜਾ ਹੈ ਚਾਹਦਾ ਸਿਰਫ ਸਵਾਬ ਦੁਨੀਆ ਦਾ ਉਹ ਜਾਣ ਲੈ ਅੱਲਾ ਕੋਲ ਸਵਾਬ ਦੁਨੀਆ ਤੇ ਆਖਰਤ ਦਾ ਤੇ ਅੱਲਾ ਸੁਣਦਾ ਵੇਖਦਾ ਹੈ اے ایمان والے ہو پکے مضبوط کھڑوتے رو انصاف ہوتے گوائی دین والے بنو اللہ باستے پا میں اپنی جاناں دا نقصان بھی ہووے ہو یا ہو ہو تو ماں پیاں تے ساکے دارانو معاملے دا فریق دولت مند ہووے ہو ہو یا پکھا تا اللہ با دیرا خیر خواہے انہ دو دا سو مگر نٹ رو جی دی چاہ دے عدل کرن میں تے جے زبان نو وال پاؤ گے یا مو پھیرو گے تا اللہ نو ضرور خبر جو کر دے ہو ਐ ਈਮਾਨ ਵਾਲਿਓ ਮੰਨੋ ਅੱਲਾ ਨੂੰ ਤੇ ਉਹਦੇ ਪੈਗੰਬਰ ਨੂੰ ਤੇ ਉਸ ਕਿਤਾਬ ਨੂੰ ਜੋ ਉਤਾਰੀ ਸੂ ਆਪਣੇ ਪੈਗੰਬਰ ਉਤੇ ਤੇ ਹਰ ਉਹ ਕਿਤਾਬ ਜੋ ਉਤਾਰੀ ਸੂ ਉਸ ਤੋਂ ਪਹਿਲੇ ਤੇ ਜਿਹੜਾ ਨਾ ਮੰਨੇਗਾ ਅੱਲਾ ਨੂੰ ਤੇ ਉਹਦੇ ਫਰਿਸ਼ਤਿਆਂ ਨੂੰ ਤੇ ਉਹਦੀਆਂ ਕਿਤਾਬਾਂ ਨੂੰ ਤੇ ਉਹਦੇ ਪੈਗੰਬਰਾਂ ਨੂੰ ਤੇ ਦਿਨ ਆਖਰਤ ਨੂੰ ਤਾਂ ਉਹ ਜ਼ਰੂਰ ਭੁੱਲ ਗਿਆ ਭੁੱਲਣਾ ਰਹੋਂ ਦੂਰ ਦਾ ਜਿੰਨਾ ਮੰਨਿਆ ਏ ਫੇਰ ਫਿਰ ਗਏ ਨੇ ਫੇਰ ਮੰਨਿਆ ਨੇ ਫੇਰ ਫਿਰ ਗਏ ਨੇ ਫੇਰ ਵਧੇ ਨੇ ਫਿਰ ਤੂੰ ਹੋਣ ਤੋਂ ਹੋ ਜਾਣ ਵਿੱਚ ਨਹੀਂ ਹੈ ਅੱਲਾ ਜੋ ਬਖਸ਼ੇ ਉਹਨਾਂ ਨੂੰ ਤੇ ਨਹੀਂ ਇਹ ਜੋ ਪਾਏ ਉਹਨਾਂ ਨੂੰ ਰਾਏ ਕੁਸ਼ ਖਬਰੀ ਦਿਓ ਮੁਨਾਫਕਾਂ ਨੂੰ ਜੋ ਉਹਨਾਂ ਨੂੰ ਮਾਰੇ ਦੁੱਖ ਦੀ ਜਿਹੜੇ ਇਹ ਬਣਾਉਂਦੇ ਨੇ ਬੇਈਮਾਨਾਂ ਨੂੰ ਯਾਰ ਸਵਾਹ ਇਮਾਨਦਾਰਾਂ ਦੇ ਭਲਾ ਟੁੰਦੇ ਨੇ ਉਹਨਾਂ ਕੋਲੋਂ ਇੱਜ਼ਤ ਸੋ ਇੱਜ਼ਤ ਜ਼ਰੂਰ ਅੱਲਾ ਦੇ ਹੱਥੇ ਸਾਰੀ ਤੇ ਹੁਕਮ ਉਤਾਰ ਚੁੱਕਾ ਹੈ ਤੁਸੀਂ ਉੱਤੇ ਕਿਤਾਬ ਵਿੱਚ ਭਈ ਜਦ ਤੁਸੀਂ ਸੁਣੋ ਆਇਤਾਂ ਅੱਲਾ ਦੀਆਂ ਜਦ ਇਨਕਾਰ ਹੋ ਰਿਹਾ ਹੈ ਉਹਨਾਂ ਦਾ ਤੇ ਠੱਠਾ ਹੋ ਰਿਹਾ ਹੈ ਉਹਨਾਂ ਨਾਲ ਤਦ ਨਾ ਬੈਠੋ ਉਹਨਾਂ ਕੋਲ ਜਦ ਤੱਕ ਸ਼ੁਰੂ ਨਾ ਕਰਨ ਕੋਈ ਹੋਰ ਗੱਲ ਤੇ ਜੇਕਰ ਤੁਸੀਂ ਵੀ ਉਹਨਾਂ ਵਾਂਗ ਕਰਦੇ ਹੋ ਤਾਂ ਜ਼ਰੂਰ ਤੁਸੀਂ ਵੀ ਉਹਨਾਂ ਜਾਇਓ ਅੱਲਾ ਨੇ ਜ਼ਰੂਰ ਇਕੱਠਾ ਕਰਨਾ ਹੈ ਮੁਨਾਫਕਾਂ ਤੇ ਬੇਈਮਾਨਾਂ ਨੂੰ ਦੋਸਤ ਵਿਚ ਇੱਕ ਜਗ੍ਹਾ ਜਿਹੜੇ ਉਡੀਕਦੇ ਨੇ ਕੁਝ ਹੋਣਾ ਤੁਸਾਂ ਨਾਲ ਫਿਰ ਜੇ ਹੋਵੇ ਤੁਹਾਡੀ ਫਤਹ ਅੱਲਾ ਵੱਲੋਂ ਆਖਰ ਨੇ ਪੱਲਾ ਅਸੀਂ ਨਹੀਂ ਸੰਤ ਤੁਸਾਂ ਨਾਲ ਤੇ ਜੇ ਹੋਵੇ ਬੇਈਮਾਨਾਂ ਦਾ ਪੱਲਾ ਭਾਰੀ ਆਹਦੇ ਨੇ ਪਹਿਲਾ ਸਾਡਾ ਜ਼ੋਰ ਨਹੀਂ ਸੀ ਚੱਲਿਆ ਤੁਸਾਂ ਉੱਤੇ ਤੇ ਨਹੀਂ ਬਚਾ ਦਿੱਤਾ ਅਸਾਂ ਤੁਹਾਨੂੰ ਮੁਸਲਮਾਨਾਂ ਤੋਂ ਤੇ ਅੱਲਾ ਹੁਕਮ ਕਰੇਗਾ ਤੁਸਾਂ ਦੋਵਾਂ ਵਿੱਚ ਦਿਨ ਕਿਆਮਤ ਦੇ ਤੇ ਹਰ ਗਿਜ ਨਾ ਦੇਗਾ ਅੱਲਾ ਬੇਈਮਾਨਾਂ ਨੂੰ ਇਮਾਨਦਾਰਾਂ ਉੱਤੇਰਾ ਮੁਨਾਫਕ ਜ਼ਰੂਰ ਠੱਗਦੇ ਨੇ ਅੱਲਾ ਨੂੰ ਤੇ ਹਕੀਕਤ ਵਿੱਚ ਉਹ ਠੱਗਦਾ ਹੈ ਉਹਨਾਂ ਨੂੰ ਤੇ ਜਦ ਖਲੋਂਦੇ ਨੇ ਨਮਾਜ਼ ਵੱਲ ਖਲੋਂਦੇ ਨੇ ਸੁਸਤੀ ਦੇ ਮਾਰੇ ਨਿਰਵਖਾਂਣ ਲਈ ਲੋਕਾਂ ਨੂੰ ਤੇ ਨਹੀਂ ਯਾਦ ਕਰਦੇ ਅੱਲਾ ਨੂੰ ਪਰ ਥੋੜਾ ਡਾਵਾ ਢੋਲ ਨੇ ਵਿਚੇਸ਼ ਦੇ ਨਾ ਪੂਰੇ ਇਹਨਾਂ ਵੱਲ ਤੇ ਨਾ ਪੂਰੇ ਉਹਨਾਂ ਵੱਲ ਤੇ ਜਿੰਨੂੰ راہ ਪੁਲਾਇਆ ਅੱਲਾ ਫੇਰ ਨਾ ਮਿਲੇਗਾ ਤੈਨੂੰ ਉਸ ਲਈ ਕੋਈ ਰਾਹ ਐ ਇਮਾਨ ਵਾਲਿਓ ਨਾ ਫੜੋ ਬੇਈਮਾਨਾਂ ਨੂੰ ਦੋਸਤ ਸਵਾਜ ਇਮਾਨਦਾਰਾਂ ਦੇ ਭਲਾ ਤੁਸੀਂ ਚਾਹਦੇ ਹੋ ਜੋ ਬਣਾਓ ਅੱਲਾ ਦਾ ਆਪਣੇ ਉੱਤੇ ਉਲਾਮਾ ਖੁੱਲਾ ਮਨਾਫਕ ਸਭ ਤੋਂ ਇਸਲੇ ਦਰਜੇ ਵਿੱਚ ਜਾਣਗੇ ਅੱਗ ਦੇ ਤੇ ਨਾ ਪਾਓਗੇ ਉਹਨਾਂ ਦਾ ਕੋਈ ਮਦਦਗਾਰ ਫਿਰ ਜਿਨ੍ਹਾਂ ਤੋਬਾ ਕੀਤੀ ਤੇ ਆਪਣੇ ਅਮਲਾਂ ਨੂੰ ਸਵਾਰਿਆ ਤੇ ਪੱਕਾ ਕਰਕੇ ਫੜਿਆ ਅੱਲਾ ਨੂੰ ਤੇ ਨਤਾਰਿਆ دین ਆਪਣਾ ਅੱਲਾ ਵਾਸਤੇ ਸੋ ਉਹ ਲੋਗ ਨਾਲ ਇਮਾਨ ਵਾਲਿਆਂ ਦੇ ਨੇ ਤੇ ਅਗੋਂ ਦੇਗਾ ਅੱਲਾ ਇਮਾਨਦਾਰਾਂ ਨੂੰ ਸਵਾਬ ਬੜਾ ਕੀ ਲੈਣਾ ਅੱਲਾ ਨੇ ਤੁਹਾਨੂੰ ﻋਜ਼ਾਬ ਦੇ ਕੇ ਜੇ ਤੁਸੀਂ ਕਦਰ ਜਾਣੋ ਤੇ ਮੰਨੋ ਤੇ ਹੈ ਅੱਲਾ ਕਦਰ ਜਾਣਨ ਵਾਲਾ ਸਭ ਦੇ ਹਾਲ ਦਾ ਜਾਣੂ ਅੱਲਾ ਨੂੰ ਨਹੀਂ ਪਾਉਂਦਾ ਜ਼ੁਬਾਨ ਖੋਲਣਾ ਬੁਰੀ ਗੱਲ ਯਾਨੀ ਕਿਸੇ ਦਾ ਐਬ ਦੱਸਣ ਜਾਂ ਗੀਬਤ ਕਰਨ ਲਈ ਪਰ ਜਿਸ ਉੱਤੇ ਜ਼ੁਲਮ ਹੋਇਆ ਹੋਵੇ ਤੇ ਹੈ ਅੱਲਾ ਸੁਣਦਾ ਜਾਣਦਾ ਜੇ ਤੁਸੀਂ ਜ਼ਾਹਿਰ ਕਰੋ ਪਲਿਆਈ ਜਾਂ ਲੋਕਾਓ ਨੂੰ ਜਾਂ ਮਾਫ ਕਰੋ ਬੁਰਾਈ ਤਾਂ ਅੱਲਾ ਜ਼ਰੂਰ ਹੈ ਮਾਫ ਕਰਦਾ ਮਕਦੂਰ ਵਾਲਾ ਜਿਹੜੇ ਨਹੀਂ ਮੰਨਦੇ ਅੱਲਾ ਨੂੰ ਤੇ ਉਹਦੇ ਪੈਗੰਬਰਾਂ ਨੂੰ ਤੇ ਚਾਹਦੇ ਨੇ ਵੇਰਵਾ ਕੱਢਣਾ ਅੱਲਾ ਤੇ ਉਹਦੇ ਪੈਗੰਬਰਾਂ ਵਿੱਚ ਤੇ ਆਖਦੇ ਨੇ ਅਸੀਂ ਮੰਨਿਆ ਇਕਨਾਂ ਨੂੰ ਤੇ ਨਹੀਂ ਮੰਨਿਆ ਇਕਨਾਂ ਨੂੰ ਤੇ ਚਾਹਦੇ ਨੇ ਬਣਾਉਣਾ ਵਿੱਚ ਕਰਲਾ ਕੋਈ ਦਾ ਉਹੋ ਨੇ ਬੇਈਮਾਨ ਪੱਕੇ ਤੇ ਤਿਆਰ ਕੀਤੀ ਐਸਾਂ ਬੇਈਮਾਨਾਂ ਲਈ ਮਾਰ ਖੁਆਰੀ ਦੀ ਤੇ ਜਿਨਾ ਮੰਨਿਆ ਅੱਲਾ ਤੇ ਉਹਦੇ ਪੈਗੰਬਰਾਂ ਨੂੰ ਤੇ ਵੇਰਵਾ ਨਹੀਂ ਕੱਢਿਆ ਕਿਸੇ ਵਿੱਚ ਉਹਨਾਂ થી ਉਹੋ ਨੇ ਜਿਨਾਂ ਨੂੰ ਦੇਗਾ ਹਾਜ਼ਰ ਸਵਾਬ ਉਹਨਾਂ ਦੇ ਤੇ ਹੈ ਅੱਲਾ ਬਖਸ਼ਣਹਾਰ ਮਿਹਰਬਾਨ ਸਵਾਲ ਕਰਦੇ ਨੇ ਤੈਨੂੰ ਕਿਤਾਬ ਵਾਲੇ ਜੇ ਉਤਾਰ ਦੇ ਤੂੰ ਉਹਨਾਂ ਉੱਤੇ ਕਿਤਾਬ ਆਸਮਾਨੋਂ ਸਾਰੀ ਇੱਕੋ ਵਾਰੀ ਜਿਉਂ ਸਵਾਲ ਕਰ ਚੁੱਕੇ ਨੇ موسی ਨੂੰ ਇਦੋਂ ਵੀ ਬਦੀਕ ਜਿਨੂੰ ਆਖਿਓ ਨੇ ਵਿਖਾਲ ਦੇ ਅੱਲਾ ਸਾਹਮਣੇ ਫਿਰ ਫੜ ਲਿਆ ਉਹਨਾਂ ਨੂੰ ਬਿਜਲੀ ਨੇ ਉਹਨਾਂ ਦੇ ਜ਼ੁਲਮ ਉੱਤੇ ਫਿਰ ਫੜਿਓ ਨੇ ਬੱਚਾ ਪੂਜਣਾ ਪਿੱਛੇ ਇਸ ਦੇ ਜੋ ਪਹੁੰਚ ਚੁੱਕੇ ਉਹਨਾਂ ਨੂੰ ਪਤੇ ਸਾਫ ਫਿਰ ਅਸਾਂ ਉਹ ਵੀ ਮਾਫ ਕਰ ਦਿੱਤਾ ਤੇ ਦਿੱਤਾ ਅਸਾਂ موسی ਨੂੰ ਜ਼ੋਰ ਖੁੱਲਾ-ਖੁੱਲਾ ਤੇ ਚੁੱਕਿਆ ਅਸਾਂ ਉਹਨਾਂ ਉੱਤੇ ਪਹਾੜ ਤੂਰ ਉਹਨਾਂ ਤੋਂ ਇਕਰਾਰ ਲੈਣ ਦੇ ਸਬਬ ਤੇ ਆਖਿਆ ਅਸਾਂ ਉਹਨਾਂ ਨੂੰ ਵੱਡੋ ਦਰਵਾਜ਼ੇ ਵਿੱਚ ਸਜਦਾ ਕਰ ਦੇ ਤੇ ਆਖਿਆ ਅਸਾਂ ਉਹਨਾਂ ਨੂੰ ਜੇ ਸਬਤ ਯਾਨੀ ਹਫਤਾ ਮਨਾਣ ਦਾ ਕਾਨੂੰਨ ਨਾ ਤੋੜ ਤੇ ਲਿਆ ਅਸਾਂ ਉਹਨਾਂ ਤੋਂ ਇਕਰਾਰ ਪੱਕਾ ਫੇਰ ਉਹਨਾਂ ਦੇ ਆਪਣਾ ਇਕਰਾਰ ਤੋੜਨੇ ਤੋਂ ਅੱਲਾਹ ਦੀਆਂ ਆਇਤਾں ਯਾਨੀ ਮੌਜ਼ਿਆਂ ਨੂੰ ਨਾਮੰਨਣ ਉਤੋਂ ਤੇ ਪੈਗੰਬਰਾਂ ਦਾ ਨਾਹਕ ਖੂਨ ਕਰਨ ਉਤੋਂ ਤੇ ਉਹਨਾਂ ਦੇ ਆਖਰ ਉਤੋਂ ਪਈ ਸਾਡੇ ਦਿਲ ਪਰਦੇ ਵਿੱਚ ਨੇ ਤੁਸੀਂ ਜੋ ਮਰਜ਼ੀ ਤੇ ਆਖੋ ਸਾਡੇ ਤੇ ਕੋਈ ਅਸਰ ਨਹੀਂ ਹੋਣਾ ਸਗੋਂ ਮੋੜ ਲਾਈ ਅੱਲਾ ਨੇ ਉਹਨਾਂ ਉੱਤੇ ਉਹਨਾਂ ਦੇ ਨਾਮੰਨਣ ਦੇ ਸਬਬੋਂ ਤਾਂ ਹੀ ਨਹੀਂ ਮੰਨਦੇ ਪਰ ਥੋੜਾ ਤੇ ਉਹਨਾਂ ਦੇ ਬੇਈਮਾਨ ਹੋ ਜਾਣ ਤੋਂ ਤੇ ਆਖਣ ਤੋਂ ਮਰੀਮ ਉੱਤੇ ਤੋਮਤ ਵੱਡੀ ਤੇ ਖੁਦ ਆਖਣ ਤੋਂ ਜੇ ਅਸਾਂ ਮਾਰ ਦਿੱਤਾ ਮਸੀਹ ਈਸਾ ਮਰੀਮ ਦੇ ਪੁੱਤਰ ਨੂੰ ਜੋ ਪੈਗੰਬਰ ਹੈ ਅੱਲਾ ਦਾ ਤੇ ਨਹੀਂ ਮਾਰਿਆ ਨੇ ਉਹਨੂੰ ਤੇ ਨਾ ਸੂਲੀ ਚਾੜਿਆ ਨੇ ਉਹਨੂੰ ਪਰ ਰਲਾ ਪੈ ਗਿਆ ਉਹਨਾਂ ਨੂੰ ਤੇ ਜਿਨ੍ਹਾਂ ਲੋਕਾਂ ਇਖਤਲਾਫ ਕੀਤਾ ਹੈ ਉਸ ਵਿੱਚ ਉਹ ਵੀ ਜ਼ਰੂਰ ਸ਼ੱਕ ਵਿੱਚ ਨੇ ਇਸ ਤੋਂ ਨਹੀਂ ਉਹਨਾਂ ਨੂੰ ਇਸ ਦਾ ਕੋਈ ਯਕੀਨ ਪਰ ਮਗਰ ਤੁਰਨਾ ਅਟਕਲ ਦੇ ਤੇ ਹਰ ਗਿਜ ਨਹੀਂ ਮਾਰਿਆ ਨੇ ਉਹਨੂੰ ਸਗੋਂ ਚੁਕ ਲਿਆ ਉਹਨੂੰ ਅੱਲਾ ਨੇ ਆਪਣੇ ਵੱਲ ਤੇ ਹੈ ਲਾ ਜ਼ੋਰ ਆਵਰ ਹਕਮਤ ਵਾਲਾ ਤੇ ਨਹੀਂ ਕੋਈ ਕਿਤਾਬ ਵਾਲਾ ਪਰ ਜ਼ਰੂਰ ਮੰਨੇਗਾ ਉਹਨੂੰ ਪਹਿਲੇ ਉਹਦੇ ਮਰਨ ਦੇ ਤੇ ਉਹ ਦਿਨ ਕਿਆਮਤ ਦੇ ਹੋਵੇਗਾ ਉਹਨਾਂ ਉੱਤੇ ਗਵਾ ਸੋ ਉਹਨਾਂ ਦੇ ਜ਼ੁਲਮ ਦੇ ਸਬਬੋਂ ਜਿਹੜੇ ਯਹੂਦੀ ਬਣੇ ਨੇ ਹਰਾਮ ਕੀਤੀਆਂ ਸਾਂ ਉਹਨਾਂ ਉੱਤੇ ਪਾਕ ਚੀਜ਼ਾਂ ਜੋ ਪਹਿਲੇ ਹਲਾਲ ਸਨ ਉਨਾਂ ਲਈ ਰੋਕਣ ਦੇ ਸਬਬੋਂ ਅੱਲਾਹ ਦੇ ਰਾਹੋਂ ਬਹੁਤਿਆਂ ਨੂੰ ਤੇ ਨਾਲੇ ਉਹਨਾਂ ਦੇ ਵਿਆਜ ਲੈਣ ਦੇ ਸਬਬੋਂ ਅਜੇ ਉਹਨਾਂ ਨੂੰ ਵਰਜਿਆ ਸੀ ਉਸ ਤੋਂ ਨਾਲੇ ਖਾਣ ਦੇ ਸਬਬੋਂ ਮਾਲ ਲੋਕਾਂ ਦੇ ਨਾ ਹੱਕ ਤੇ ਤਿਆਰ ਕੀਤੀ ਐ ਸਾਂ ਬੇਈਮਾਨਾਂ ਲਈ ਉਹਨਾਂ ਵਿੱਚੋਂ ਦੁੱਖ ਦੀ ਮਾਰ ਪਰ ਜੋ ਪਖਤਾ ਇਲਮ ਰੱਖਣ ਵਾਲੇ ਨੇ ਉਹਨਾਂ ਵਿੱਚੋਂ ਤੇ ਜੋ ਇਮਾਨ ਵਾਲੇ ਨੇ ਸੋ ਮੰਨਦੇ ਨੇ ਜੋ ਉਤਰਿਆ ਤੇਰੇ ਵੱਲ ਤੇ ਜੋ ਉਤਰਿਆ ਪਹਿਲੇ ਤੇ ਤੋਂ ਤੇ ਆਫਰੀਨ ਹੈ ਦਰੁਸਤ ਨਮਾਜ਼ ਪੜਨ ਵਾਲਿਆਂ ਨੂੰ ਤੇ ਜ਼ਕਾਤ ਦੇਣ ਵਾਲਿਆਂ ਨੂੰ ਤੇ ਅੱਲਾਹ ਤੇ ਦਿਨ ਆਖਰਤ ਨੂੰ ਮੰਨਣ ਵਾਲਿਆਂ ਨੂੰ ਉਹੋ ਨੇ ਜਿਨ੍ਹਾਂ ਨੂੰ ਅਸੀਂ ਦੇਾਂਗੇ ਸਵਾਬ ਬੜਾ ਅਸਾਂ ਹੁਕਮ ਭੇਜਿਆ ਤੇਰੇ ਵੱਲ ਜਿਉ ਅਸਾਂ ਹੁਕਮ ਭੇਜਿਆ ਨੂਹ ਤੇ ਹੋਰ ਪੈਗੰਬਰਾਂ ਵੱਲ ਪਿੱਛੇ ਉਹਦੇ ਤੇ ਹੁਕਮ ਭੇਜਿਆ ਅਸਾਂ ਇਬਰਾਹੀਮ ਵੱਲ ਤੇ ਇਸਮਾਈਲ ਤੇ ਇਸਾਕ ਤੇ ਯਾਕੂਬ ਤੇ ਉਹਦੇ ਪੋਤਰਿਆਂ ਵੱਲ ਤੇ ਈਸਾ ਤੇ ਅਯੂਬ ਤੇ ਯੂਨਸ ਤੇ ਹਾਰੂਨ ਤੇ ਸੁਲੇਮਾਨ ਵੱਲ ਤੇ ਦਿੱਤੀ ਅਸਾਂ ਦਾਊਦ ਨੂੰ ਜ਼ਬੂਰ ਤੇ ਜਿਉਂ ਤੇ ਜੇ ਕਿੰਨੇ ਹੀ ਪੈਗੰਬਰ ਜਿਨ੍ਹਾਂ ਦਾ ਹਾਲ ਅਸੀਂ ਸੁਣਾ ਚੁੱਕੇ ਹਾਂ ਤੈਨੂੰ ਇਹ ਤੋਂ ਪਹਿਲੇ ਕਿ ਕਿੰਨੇ ਹੀ ਪੈਗੰਬਰ ਜਿਨ੍ਹਾਂ ਦਾ ਹਾਲ ਅਸਾਂ ਤੈਨੂੰ ਨਹੀਂ ਸੁਣਾਇਆ ਤੇ ਗੱਲਾਂ ਕੀਤੀਆਂ ਅੱਲਾ ਨੇ موسی ਨਾਲ ਬੋਲ ਕੇ ਭੇਜੇ ਕਿੰਨੇ ਹੀ ਪੈਗੰਬਰ ਖੁਸ਼ੀ ਸੁਣਾਉਂਦੇ ਤੇ ਡਰਾਂਦੇ ਤਾਂ ਨਾ ਰਹੇ ਲੋਕਾਂ ਦਾ ਅੱਲਾ ਅੱਗੇ ਉਜ਼ਰ ਪਿੱਛੇ ਭੇਜਨੇ ਪੈਗੰਬਰਾਂ ਦੇ ਤੇ ਹੈ ਅੱਲਾ ਜ਼ੋਰ ਆਵਰ ਹਕਮਤ ਵਾਲਾ ਲੋਕ ਭਾਵੇਂ ਨਾ ਮੰਨਨ ਪਰ ਅੱਲਾ ਗਵਾਈ ਦਿੰਦਾ ਉਸ ਦੀ ਜੋ ਉਤਾਰਿਆ ਸੁ ਤੇਰੇ ਵੱਲ ਪਈ ਉਹ ਉਤਾਰਿਆ ਸੁ ਆਪਣੇ ਇਲਮ ਨਾਲ ਤੇ ਫਰਿਸ਼ਤੇ ਵੀ ਗਵਾਈ ਦਿੰਦੇ ਨੇ ਇਸ ਤੇ ਤੇ ਬਤੇਰਾ ਅੱਲਾ ਗਵਾ ਜਿਹੜੇ ਬੇਈਮਾਨ ਹੋਏ ਨੇ ਤੇ ਰੋਕਿਆ ਨੇ ਦੂਜਿਆਂ ਨੂੰ ਅੱਲਾ ਦੇ ਰਹਾ ਉਹ ਜ਼ਰੂਰ ਭੁੱਲ ਗਏ ਨੇ ਰਹਾਉ ਭੁਲਣਾ ਦੂਰ ਦਾ ਜਿਹੜੇ ਬੇਈਮਾਨ ਹੋਏ ਨੇ ਤੇ ਜ਼ੁਲਮ ਕੀਤਾ ਨੇ ਜ਼ਰੂਰ ਨਹੀਂ ਹੈ ਅੱਲਾ ਜੋ ਬਖਸ਼ਿਆ ਉਹਨਾਂ ਨੂੰ ਤੇ ਨਹੀਂ ਹੈ ਜੋ ਪਾਇਆ ਉਹਨਾਂ ਨੂੰ ਰਾਹ ਦੋਜ਼ਖ ਦੇ ਸਦਾ ਰਹਿਣਗੇ ਉੱਥੇ ਸਾਰੀ ਉਮਰਾਂ ਤੇ ਹੈ ਇਹ ਕੰਮ ਅੱਲਾ ਅੱਗੇ ਆਸਾਨ ਐ ਲੋਕੋ ਜ਼ਰੂਰ ਲਿਆਇਆ ਤੁਸਾਂ ਕੋਲ ਪੈਗੰਬਰ ਦੀਨ ਸੱਚਾ ਸਾਡੇ ਰੱਬ ਵੱਲੋਂ ਸੋ ਮੰਨੋ ਤਾਂ ਭਲਾ ਹੋਵੇ ਤੁਹਾਡਾ ਤੇ ਜੇ ਨਾ ਮੰਨੋਗੇ ਤਾਂ ਜ਼ਰੂਰ ਅੱਲਾ ਹੀ ਦਏ ਜੋ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਤੇ ਹੈ ਅੱਲਾ ਜਾਣਦਾ ਹਕਮਤ ਵਾਲਾ ਐ ਕਿਤਾਬ ਵਾਲਿਓ ਹੱਦੋਂ ਨਾ ਲੰਗੋ ਆਪਣੇ ਧਰਮ ਦੀ ਗੱਲ ਵਿੱਚ ਤੇ ਨਾ ਆਖੋ ਅੱਲਾ ਉਤੇ ਸਵਾ ਸੱਚ ਦੇ ਮਸੀਹ ਈਸਾ ਮਰੀਮ ਦਾ ਪੁੱਤਰ ਨਿਹਰਾ ਪੈਗੰਬਰ ਹੈ ਅੱਲਾ ਦਾ ਤੇ ਫਰਮਾਨ ਹੈ ਉਹਦਾ ਜਿਹੜਾ ਅੱਲਾ ਨੇ ਭੇਜਿਆ ਮਰੀਮ ਵੱਲ ਤੇ ਰੂਹ ਹੈ ਉਹਦੀ ਤਰਫੋਂ ਸੋ ਮਨੋ ਅੱਲਾ ਨੂੰ ਤੇ ਉਹਦੇ ਪੈਗਮਰਾਨ ਨੂੰ ਤੇ ਨਾ ਆਖੋ ਮਹਬੂਦ ਤੈਨ ਨੇ ਮਰ ਜਾਓ ਤੁਹਾਡਾ ਭਲਾ ਹੋਵੇਗਾ ਮੇਰਾ ਅੱਲਾ ਮਹਬੂਦ ਏਕੋ ਉਹ ਪਾ ਕੇ ਸਾਬੋ ਜੋ ਹੋਵੇ ਉਹਦੀ ਔਲਾਦ ਉਸੇ ਹੀ ਦਏ ਜੋ ਕੁਝ ਅਸਮਾਨਾ ਵਿੱਚ ਤੇ ਜੋ ਜ਼ਮੀਨ ਵਿੱਚ ਤੇ ਬਤੇਰਾ ਅੱਲਾ ਕੰਮ ਬਣਾਉਣ ਵਾਲਾ ਨਹੀਂ ਨਕਚਾਰ ਦਾ ਮਸੀਹ ਅੱਲਾ ਦਾ ਬੰਦਾ ਬਣਨ ਤੋਂ ਤੇ ਨਾ ਫਰਿਸ਼ਤੇ ਨੇੜੇ ਦੇ ਤੇ ਜਿਹੜਾ ਨਕਚਾਰੇਗਾ ਉਹਦਾ ਬੰਦਾ ਬਣਨ ਤੋਂ ਤੇ غرور ਕਰੇਗਾ ਸੋ ਇਕੱਠਾ ਕਰੇਗਾ ਆਪਣੇ ਵੱਲ ਸਾਰਿਆਂ ਨੂੰ ਅੱਲਾ ਫਿਰ ਜਿੰਨਾਂ ਨੇ ਮੰਨਿਆ ਤੇ ਕੀਟੀਆਂ ਨੇ ਭਲਾਈਆਂ ਸੋ ਪੂਰੇ ਦੇਗਾ ਉਹਨਾਂ ਨੂੰ ਸਵਾਬ ਉਹਨਾਂ ਦੇ ਤੇ ਵਦੇਰਾ ਦੇਗਾ ਉਹਨਾਂ ਨੂੰ ਆਪਣੇ ਫਜ਼ਲ ਨਾਲ ਤੇ ਜਿੰਨਾਂ ਨੇ ਨੱਕ ਚਾੜਿਆ ਤੇ غرور ਕੀਤਾ ਸੋ ਮਾਰੇਗਾ ਉਹਨਾਂ ਨੂੰ ਦੁੱਖ ਦੀ ਮਾਰ ਤੇ ਨਾ ਦੇਖਣਗੇ ਸਵਾਹ ਅੱਲਾ ਦੇ ਆਪਣਾ ਕੋਈ ਹਮਾਇਤ ਤੇ ਨਾ ਮਦਦ ਕਰਨ ਵਾਲਾ ਐ ਲੋਕੋ ਆ ਚੁਕੀ ਏ ਤੁਸਾਂ ਕੋਈ ਦਲੀਲ ਤੁਹਾਡੇ ਰੱਬ ਵੱਲੋਂ ਤੇ ਉਹ ਤਾਰੇ ਅਸਾਂ ਤੁਸਾਂ ਵੱਲ ਚਾਨਣ ਸਾਫ ਫਿਰ ਜਿਨ੍ਹਾਂ ਤੇ ਮੰਨਿਆ ਅੱਲਾ ਨੂੰ ਤੇ ਪੱਕਾ ਕਰਕੇ ਫੜਿਆ ਉਹਨੂੰ ਸੋ ਉਹਨਾਂ ਨੂੰ ਰੱਖੇਗਾ ਆਪਣੀ ਮਿਹਰ ਤੇ ਫਜ਼ਲ ਵਿੱਚ ਤੇ ਦੱਸੇਗਾ ਉਹਨਾਂ ਨੂੰ ਆਪਣੇ ਵੱਲ ਰਾਹ ਸਿੱਧਾ ਐ ਹਬੀਬ ਫਤਵਾ ਪੁੱਛਦੇ ਨੇ ਤੈਨੂੰ ਤੁਸੀਂ ਆਖੋ ਅੱਲਾ ਫਤਵਾ ਦਿੰਦਾ ਤੁਹਾਨੂੰ ਕਲਾਲਾ ਦੇ ਵਿਰਸੇ ਦਾ ਕਲਾਲਾ ਤੋਂ ਮੁਰਾਦ ਉਹ ਸ਼ਖਸ ਹੈ ਜਿਸ ਦਾ ਬਾਪ ਜਾਂ ਬੇਟਾ ਵਾਰਿਸ ਮੌਜੂਦ ਨਹੀਂ ਜੋ ਕੋਈ ਮਰਦ ਮਰ ਗਿਆ ਨਹੀਂ ਹੈ ਉਹਦੀ ਔਲਾਦ ਪਰ ਉਹਦੀ ਇੱਕ ਭੈਣ ਹੈ ਤਾਂ ਉਹਦਾ ਅੱਧਾ ਹਿੱਸਾ ਉਸ ਚੀਜ਼ ਵਿੱਚ ਜਿਹੜੀ ਛੱਡ ਗਿਆ ਹੈ ਤੇ ਭਰਾ ਵਿਰਸਾ ਲੈਂਦਾ ਹੈ ਭੈਣ ਦਾ ਜੇ ਨਾ ਹੋਵੇ ਭੈਣ ਦੀ ਕੋਈ ਔਲਾਦ ਫੇਰ ਜੇ ਹੋਣ ਦੋ ਭੈਣਾਂ تاں او ترکے یعنی چھڑے مال بچوں دو تہائی حصے دیاں حقدار ہون گیاں تے جے ہون کئی بین پر مرد تے عورتاں تاں مرد نوں برابر حصے دو عورتاں دے اللہ بیان کر دے تو سن لئی تاں پٹک دے نہ پھرو تے اللہ ہر کسے دا جانو ہے